ਸਰਕਾਰ ਵੱਲੋਂ ਇੱਕ ਵਰਕ ਪਰਮਿਟ ਸ਼ੁਰੂ ਕੀਤਾ ਗਿਆ ਜੋ 2 ਹਫ਼ਤਿਆਂ ਦੇ ਵਿੱਚ ਹੋ ਜਾਂਦਾ 15 ਦਿਨਾਂ ਦੇ ਵਿੱਚ ਤੁਸੀਂ ਵਰਕ ਪਰਮਿਟ ਲੈ ਕੇ ਕੈਨੇਡਾ ਜਾ ਸਕਦੇ ਹੋ ਜੇ ਤੁਸੀਂ ਕਾਬਿਲ ਹੋ ਜੇ ਤੁਹਾਡੇ ਕੋਲ ਕੋਈ ਮਾਸਟਰ ਡਿਗਰੀ ਹੈ 5-10 ਸਾਲ ਦਾ ਤਜਰਬਾ ਹੈ ਉਹਨਾਂ ਨੂੰ ਕਾਰਪੈਂਟਰ ਵੀ ਚਾਹੀਦਾ ਉਹਨਾਂ ਨੂੰ ਇਲੈਕਟ੍ਰੀਸ਼ੀਅਨ ਵੀ ਚਾਹੀਦਾ ਉਹਨਾਂ ਨੂੰ ਬੌਜੀ ਵੀ ਚਾਹੀਦੇ ਉਹਨਾਂ ਨੂੰ ਕਰਮਚਾਰੀ ਵੀ ਚਾਹੀਦੇ ਨੇ ਇਸ ਟਾਈਮ 15 ਲੱਖ ਲੋਕਾਂ ਦੀ ਇਮੀਡੀਏਟ ਡਿਮਾਂਡ ਰੱਖੀ ਗਈ ਹੈ ਤਾਂ ਜੋ ਸਕਿੱਲ ਸ਼ਾਰਟੇਜ ਨੂੰ ਪੂਰਾ ਕਰ ਸਕਣ ਜਿਹੜੇ ਮਜ਼ਦੂਰ ਨਹੀਂ ਹੈਗੇ ਉਹਨਾਂ ਦੇ ਕੋਲ ਕੰਮ ਕਰਨ ਵਾਲੇ ਕੰਮ ਹੀ ਨਹੀਂ ਹੈਗੇ ਔਰ ਪੰਜਾਬ ਐਸ ਟਾਈਮ ਮੋਰੀ ਹੈ ਦੁਨੀਆ ਦੇ ਵਿੱਚ ਮੈਨਪਾਵਰ ਸਪਲਾਈ ਕਰਨ ਚ ਅੱਜ ਚైనా ਦੇ ਬੰਦਿਆਂ ਨੂੰ 25000 ਰੁਪਈਆ ਮਿਲੀ ਹੈ ਤੇ ਸਾਡੇ 2.5 ਲੱਖ ਬੱਚਿਆਂ ਨੂੰ ਪੀਆਰ ਮਿਲੀ ਹੈ ਇੱਥੋਂ ਇਹ ਚੀਜ਼ਾਂ ਬੜੀਆਂ ਕਲੀਅਰ ਹੁੰਦੀਆਂ ਕਿ ਕੈਨੇਡਾ ਨੂੰ ਇੱਕ ਚੀਜ਼ ਸਮਝ ਲੱਗ ਗਈ ਹੈ ਕਿ ਇਹਨਾਂ オーਪਨ ਚੈਲੰਜ ਹੈ ਮੈਨੂੰ ਜਿੰਨਾ ਕਿ ਤਜਰਬਾ ਹੋ ਗਿਆ ਮੈਂ ਕਿਸੇ ਨੂੰ ਵੀ ਭੇਜ ਸਕਦਾ ਸਾਡੇ ਕੋਲ ਆਓ ਤੁਹਾਨੂੰ ਦੱਸਾਂਗੇ ਤੁਹਾਡੇ ਅੰਦਰ ਕਮੀ ਕੀ ਹੈ ਔਰ ਤੁਸੀਂ ਕਿੱਦਾਂ ਜਾ ਸਕਦੇ ਹੋ ਤੁਸੀਂ ਅੱਜ ਨਹੀਂ ਕਾਗਜ਼ ਪੂਰੇ ਕਰਦੇ ਤੁਸੀਂ 2 ਮਹੀਨੇ 4 ਮਹੀਨੇ ਬਾਅਦ ਚਲ ਜਾਓਗੇ ਇਥੇ ਅੱਧੇ ਪੰਜਾਬ ਨੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਰਿਫਿਊਜ਼ ਕਰਾਇਆ ਹੋਇਆ ਫਿਰ ਕਹਿੰਦੇ ਜੀ ਉਹ ਕਹਿੰਦੇ ਤੁਸੀਂ ਵਾਪਸ ਨਹੀਂ ਆਣਾ ਉਹ ਭਾਈ ਤੁਸੀਂ ਜਨਾਨੀ ਆਦਮੀ ਬੱਚੇ ਸਾਰਿਆਂ ਨੇ ਅਪਲਾਈ ਕਰਤਾ ਹੁਣ ਤੁਸੀਂ ਤਿੰਨੇ ਚਾਰੇ ਜੀ ਬੱਸ ਦੇ ਵਿੱਚ ਟਿਕਟ ਲੈ ਕੇ ਚੜ ਗਏ ਜੇ ਤੇ ਤੁਹਾਨੂੰ ਪਤਾ ਵਾਪਸ ਥੋੜੀ ਜਾਣਾ ਕਿਸੇ ਨੇ ਸਾਰਾ ਜੀਵ ਸਾਰਾ ਪਰਿਵਾਰ ਦਾ ਚਲਾ ਗਿਆ ਸਭ ਤੋਂ ਸੋਖਾ ਵਾਹ ਵਿਜ਼ਿਟਰ ਵੀਜ਼ਾ ਜਿਹੜਾ ਕਿ 150 ਡਾਲਰ ਐਮਬੈਸੀ ਨੇ ਅਪਲੀਕੇਸ਼ਨ ਫੀਸ ਰੱਖੀ ਹੈ ਹੁਣੇ 10000 ਰੁਪਏ ਨਾ ਕੈਨੇਡਾ ਦਾ 10 ਸਾਲ ਦਾ ਵੀਜ਼ਾ ਮਿਲਦਾ ਇਸੇ ਚੀਜ਼ ਦਾ ਲੋਕੀ 30 ਲੱਖ ਰੁਪਏ ਦਿੰਦੇ ਨੇ ਇਸੇ ਚੀਜ਼ ਦਾ ਕੋ 50 ਲੱਖ ਰੁਪਏ ਦੇ ਦਿੰਦਾ ਇਹ ਤੇ ਹਰ ਬੰਦਾ ਹੀ ਅੱਜ ਵਿਦਵਾਨ ਬਣਿਆ ਆ ਜੀ ਹਲਾ ਕਹਿੰਦਾ ਜੀ ਮੈਂ ਵੀਜ਼ਾ ਗੁਰੂ ਆ ਜੀ ਕੈਨੇਡਾ ਨਾਲ ਸ਼ੁਰੂ ਕਰਤੀ ਇੰਟਰਵਿਊ ਬੇਲੇ ਆ ਯਾਰ ਕਮਲਿਆਂ ਤੁਸੀਂ ਰੋਜ਼ ਦੀ 2-2 ਲੱਖ ਫਾਈਲ ਲੱਗਦੀ ਪਈ ਆ ਇੰਨਾ ਉਹਨਾਂ ਕੋ ਸਮਾਂ ਹੈਗਾ ਕਿ ਲਾਂਟੇ ਚ ਬਲਾ ਬਲਾ ਕੇ ਤੁਹਾਨੂੰ ਇੰਟਰਵਿਊ ਲੈ ਲੂਗੇ ਇੰਟਰਵਿਊ ਉਹਨਾਂ ਲੋਕਾਂ ਦੀ ਆ ਰਹੀਆਂ ਜਿਨ੍ਹਾਂ ਨੇ ਨਕਲੀ ਕਾਗਜ਼ ਲਾਏ ਆ ਅਗਲੇ ਨੇ ਤੁਹਾਨੂੰ ਇੱਜ਼ਤ ਨਾ ਸੱਦਣਾ ਤੁਹਾਨੂੰ ਸਵਾਰ ਕੇ ਤੁਹਾਡੇ ਬਿਆਨ ਲਿਖਣੇ ਆ ਫਿਰ ਤੁਹਾਡੇ ਤੇ ਕੇਸ ਦਰਜ ਕਰਨਾ ਕਿ ਭਾਈ ਤੂੰ ਗਲਤ ਕਾਗਜ਼ ਲਾ ਕੇ ਸਾਡੇ ਕੋਲ ਫਾਈਲ ਲਾਈ ਜਿਹੜਾ ਵੀ ਬੁੱਧੀਜੀਵੀ ਇਹ ਸੋਚਦਾ ਕਿ ਪ੍ਰਵਾਸ ਮਾੜਾ ਵੈ ਉਹਨੂੰ ਪਹਿਲਾਂ ਆਪ ਨੂੰ ਪੁੱਛੋ ਵੀ ਤੂੰ ਕਦੀ ਬਾਹਰ ਗਿਆ ਲੋਕ ਇੰਨੇ ਕਿ ਜ਼ਿਆਦਾ ਜਾ ਚੁੱਕੇ ਆ ਬਾਹਰ ਦੀ ਵੈਲਿਊ ਪਤਾ ਲੱਗ ਗਈ ਇੱਥੇ ਛੜ ਜਾਣਾ ਤੁਸੀਂ ਬੰਨਣਾ ਹੀ ਕੁਛ ਨਹੀਂ ਤੁਹਾਡਾ ਕੀ ਸਾਹ ਲੈ ਹੋ ਰਿਹਾ ਅੱਜ ਬਾਹਰ ਸਮਾਜ ਦੇ ਵਿੱਚ 30 35 ਸਾਲ ਦੇ ਵਿੱਚ ਵਿੱਚ ਸ਼ੂਗਰ ਹੋ ਜਾਂਦੀ ਹੈ 40 ਸਾਲਾਂ ਚ ਬੰਦੇ ਨੂੰ ਬੀਪੀ ਦੀ ਬਿਮਾਰੀ ਲੱਗ ਜਾਂਦੀ ਹੈ 50 ਤੋਂ ਪਹਿਲਾਂ ਪਹਿਲਾਂ ਹੀ ਬੰਦਾ ਟਾਇਰ ਹੋ ਜਾਂਦਾ ਜੇ ਅੱਜ ਕੋਈ ਬਾਹਰ ਜਾ ਰਿਹਾ ਘੱਟੋ ਘੱਟ 20 ਸਾਲਾਂ ਦੀ ਉਮਰ ਵੱਧ ਜੂਗੀ ਉਹ ਰੋਟੀ ਵਧੀਆ ਖਾ ਲੂਗਾ ਉਹ ਆਪਣੇ ਮਾਪੇ ਬਰੂ ਚੰਗਾ ਸੁੱਖ ਦੇ ਦੂਗਾ ਤਾਂ ਲਾਜ ਵਧੀਆ ਹੋ ਜਾਊਗਾ ਅਜਹੀਆਂ ਖਬਰਾਂ ਵੀ ਰੋਜ਼ ਮਿਲਦੀਆਂ ਨੇ ਕਿ ਉੱਥੇ ਪੰਜਾਬੀ ਲੜ ਰਹੇ ਨੇ 50 100 ਬੱਚੇ ਬੈਠ ਕੇ ਉੱਥੇ ਨਿਤਨੇਮ ਕਰਦੇ ਹੋਣ ਉਹਦੀ ਵੀਡੀਓ ਨਹੀਂ ਬਣਾ ਕੇ ਕਿਸੇ ਚੈਨਲ ਨੇ ਬਣਾਨੀ ਜੇ ਕਿਸੇ ਨੇ ਬੈਸਬਾਲ ਫੜ ਫੜ ਲਿਆ ਜੇ ਕਿਸੇ ਨੇ ਹਾਕੀ ਫੜ ਲਈ ਹੈ ਜੇ ਸ਼ਰਾਬ ਪੀਤੀ ਨੇ ਕਿਸੇ ਨੇ ਚਾਰ ਬੱਚਿਆਂ ਨੇ ਰੋਲਾ ਪਾਤਾ ਤੇ ਉਹਦਾ ਰੋਲਾ ਪੈ ਜਾਂਦਾ ਕਿ ਦੇਖੋ ਜੀ ਇਹ ਪੰਜਾਬੀਆਂ ਨੇ ਖਰਾਬ ਕਰਤਾ ਜੀ ਕੰਮ ਜਿਹੜਾ ਮੇਰਾ ਵੀਡੀਓ ਸੁਣਦਾ ਪਿਆ ਜੇ ਤੁਹਾਡਾ 2-4 ਵਾਰੀ ਰਿਫਿਊਜ਼ ਹੋ ਗਿਆ ਨਾ ਇਹਨੂੰ ਇੱਕ ਵਾਰੀ ਫੇਰ ਅਪਲਾਈ ਕਰ ਦਿਓ ਤੇ ਕੈਨੇਡਾ ਦੀ ਲਾਟਰੀ ਆ ਇਹਦਾ 15-20000 ਰੁਪਏ ਨਾ ਪੈਣੀ ਹੈ ਇਹ ਪਾਲੋਗੇ ਤੁਹਾਡਾ ਪਰਿਵਾਰ ਸੋਖਾ ਹੋ ਜਾਏਗਾ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਵਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਦੇ ਅੰਦਰ ਹਰ ਇੱਕ ਨੌਜਵਾਨ ਨੇ ਕਦੇ ਨਾ ਕਦੇ ਸੁਪਨਾ ਜ਼ਰੂਰ ਦੇਖਿਆ ਹੋਊਗਾ ਕਿ ਉਹ ਕਦੇ ਬਾਹਰ ਜਾਵੇ ਹੋ ਸਕਦਾ ਹੈ ਕਿ ਕਈਆਂ ਦਾ ਜਿਹੜਾ ਚਾ ਹੈ ਉਹ ਲੈ ਗਿਆ ਹੋਵੇ ਕਈ ਵਾਪਿਸ ਆ ਗਏ ਹੋਣ ਤੇ ਕਈ ਸੋਚ ਵਿਚਾਰ ਕਰਕੇ ਜਿਨ੍ਹਾਂ ਨੂੰ ਰਿਫਿਊਜ਼ਲ ਆ ਗਈ ਹੋਵੇ ਪਰ ਇਸ ਤੋਂ ਇਲਾਵਾ ਤਾਜੀ-ਤਾਜੀ ਤੁਸੀਂ ਸਾਰਿਆਂ ਨੇ ਜਿਹੜੇ ਬਾਹਰ ਜਾਣ ਦੇ ਚਾਹਵਾਂ ਨੇ ਉਹਨਾਂ ਨੇ ਇੱਕ ਖਬਰ ਜ਼ਰੂਰ ਸੁਣੀ ਹੋਊਗੀ ਕਿ ਕੈਨੇਡਾ ਪਰਮਾਨੈਂਟ ਤੌਰ ਤੇ 15 ਲੱਖ ਲੋਕਾਂ ਨੂੰ ਬਾਹਰ ਬੁਲਾ ਰਿਹਾ ਹੈ ਹੋ ਸਕਦਾ ਹੈ ਕਿ ਉਹ 15 ਲੱਖ ਦੇ ਵਿੱਚੋਂ ਤੁਸੀਂ ਵੀ ਹੋਵੋ ਪਰ ਇਸ ਦੇ ਨਾਲ-ਨਾਲ ਜਦੋਂ ਤੁਸੀਂ ਇਹ ਗੱਲ ਖਬਰ ਸੁਣੀ ਹੋਊਗੀ ਇਸ ਦੇ ਨਾਲ-ਨਾਲ ਮੇਰੇ ਜ਼ਹਿਨ ਦੇ ਵਿੱਚ ਤਾਂ ਬੜੇ ਸਵਾਲ ਆਏ ਨੇ ਜਿਹੜੇ ਲੋਕ ਜਾਣ ਦੇ ਚਾਹਵਾਨ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਬੜੇ ਸਵਾਲ ਹੋਣਗੇ ਕਿ ਕੌਣ ਜਾ ਸਕਦਾ ਹੈ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਪੀਆਰ ਮਿਲੂਗੀ ਕਿੰਨੇ ਰੁਪਏ ਲੱਗਣਗੇ ਕਿਹੜੀ ਕੈਟਾਗਰੀ ਹੈ ਕਿ ਬਿਜ਼ਨਸਮੈਨ ਨੂੰ ਛੇਤੀ ਪੀਆਰ ਮਿਲੂਗੀ ਕਿ ਇੱਕ ਜਿਹੜਾ ਕਰਮਚਾਰੀ ਹੈ ਜਾਂ ਫਿਰ ਇੱਕ ਸਰਕਾਰੀ ਜੋਬ ਵਾਲਾ ਹੈ ਤਮਾਮ ਉਹ ਜਿਹੜੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਹੋਣਗੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਅੱਜ ਸਾਡੇ ਨਾਲ ਵਿਨੇ ਹੈਰੀ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਸਰ ਪਹਿਲਾਂ ਸ਼ੁਰੂਆਤ ਇੱਥੋਂ ਹੀ ਕਰਾਂਗੇ ਕਿ 15 ਲੱਖ ਲੋਕ ਬਾਹਰ ਜਾ ਰਹੇ ਨੇ ਪਰ ਇਹ ਦੱਸੋ ਕਿ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਪੈਲ ਦੇ ਆਧਾਰ ਤੇ ਪੀਆਰ ਮਿਲੂਗੀ ਜਿਹਨੂੰ ਪੰਜਾਬੀ ਬੋਲਣੀ ਆਂਦੀ ਹੈ ਉਹਨੂੰ ਪੀਆਰ ਮਿਲ ਜੂਗੀ ਕੈਨੇਡਾ ਚ ਦੋ ਭਾਸ਼ਾ ਦੇ ਬੇਸ ਤੇ ਪੀਆਰ ਮਿਲਦੀ ਹੈ ਇੱਕ ਭਾਸ਼ਾ ਇੰਗਲਿਸ਼ ਹੈ ਦੂਜੀ ਭਾਸ਼ਾ ਫ੍ਰੈਂਚ ਹੈ ਤੀਜੀ ਭਾਸ਼ਾ ਹੁਣ ਪੰਜਾਬੀ ਬਣੇਗੀ ਆਉਣ ਵਾਲੇ ਸਮੇਂ ਚ ਅਸੀਂ ਪੰਜਾਬੀ ਦੇ ਵੀ ਹਾਈਲਾਈਟ ਵਰਗੇ ਟੈਸਟ ਦੇਖਾਂਗੇ ਅੱਜ ਜਿੰਨਾ ਕ ਕੈਨੇਡਾ ਨੂੰ ਸੋਨਾ ਔਰ ਜਿੰਨਾ ਕ ਪੰਜਾਬੀਆਂ ਨੇ ਦੇਣਾ ਅੱਜ ਕੈਨੇਡਾ ਨੂੰ ਵੀ ਨਜ਼ਰ ਆ ਰਿਹਾ ਕਿ ਦੁਨੀਆ ਚ ਇੱਕ ਕੌਮ ਹੈ ਜਿਹਨੂੰ ਬੁਲਾ ਲਾਂਗੇ ਤੇ ਘੱਟੋ ਘੱਟ ਮੁਲਕ ਸੁਧਰ ਜਾਊਗਾ ਅੱਜ ਸਾਡੇ ਬੱਚਿਆਂ ਨੇ ਉੱਥੇ ਜਾ ਕੇ ਮੱਲਾ ਮਾਰੀਆਂ ਅੱਜ ਪਾਰਲੀਮੈਂਟ ਦੇ ਵਿੱਚ ਵੀ ਗੂੰਜਾ ਹੁੰਦੀ ਐ ਅੱਜ ਵੱਡੇ ਤੋਂ ਵੱਡਾ ਕਾਰੋਬਾਰ ਵੱਡੇ ਤੋਂ ਵੱਡਾ ਬਿਜ਼ਨਸ ਮਿਹਨਤ ਨੂੰ ਪਿੱਛੇ ਨਹੀਂ ਛੱਡਦੇ ਸਾਡੇ ਪੰਜਾਬੀ ਵੀਰ ਭੈਣ ਭਰਾ ਜਿਹਦੇ ਕਰਕੇ ਅੱਜ 15 ਲੱਖ ਲੋਕਾਂ ਦੀ ਹੁਣ ਆਵਾਜ਼ ਆਈ ਐ ਕਿ ਇੰਨੇ ਲੋਕ ਪੱਕੇ ਕਰਨ ਲੱਗੇ ਐ ਤੇ ਜਿਹੜਾ ਪੰਜਾਬ 'ਚ ਰਹਿੰਦਾ ਉਹ ਜਾ ਸਕਦਾ ਐ ਅੱਛਾ ਇਹ ਵੀ ਦੱਸੋ ਕਿ ਇਹ ਜਿਹੜੇ 15 ਲੱਖ ਲੋਕ ਬੁਲਾਣੇ ਨੇ ਇਹ ਸਿਰਫ ਪੰਜਾਬ ਚ ਬੁਲਾਣੇ ਨੇ ਜਾਂ ਪੂਰੇ ਭਾਰਤ ਚੋਂ ਜਾਂ ਫਿਰ ਕਿਸੇ ਵੀ ਹੋਰ ਮੁਲਕਾ ਦੇ ਵਿੱਚ ਬੁਲਾ ਸਕਦੇ। ਮੇਰਾ ਟਾਰਗੇਟ ਹੈ ਕਿ ਅਗਲੇ 3 ਸਾਲਾਂ ਚ ਅਸੀਂ 15 ਲੱਖ ਲੋਕਾਂ ਨੂੰ ਪੱਕੇ ਕਰਨਾ ਹੈ। ਹੂੰ। ਤੇ ਪੱਕਾ ਉਹੀ ਹੋਏਗਾ ਜਿਹੜਾ ਉੱਥੇ ਜਾਏਗਾ। ਹੂੰ। ਤੇ ਦੁਨੀਆ ਸਾਰੀ ਵਾਸਤੇ ਖੁੱਲਾ ਕੈਨੇਡਾ। ਹੂੰ। ਬੜੀ ਜਿਹੜੀ ਚੀਜ਼ ਪੰਜਾਬੀਆਂ ਨੂੰ ਸਮਝ ਲੱਗਦੀ ਹੈ ਉਹ ਪੰਜਾਬ ਚ ਹੀ ਸਮਝ ਲੱਗਦੀ ਹੈ। ਅੱਜ ਕੈਨੇਡਾ ਦੀ ਵੈਲਿਊ ਸਾਡੇ ਲੋਕਾਂ ਨੂੰ ਪਤਾ ਹੈ। ਹੂੰ। ਉਹਨਾਂ ਬਰਫ਼ਾਂ ਦੇ ਵਿੱਚ -40 ਡਿਗਰੀ ਟੈਂਪਰੇਚਰ ਦੇ ਵਿੱਚ ਸਾਡੇ ਲੋਕਾਂ ਨੇ ਜਾ ਕੇ ਮਿਹਨਤਾਂ ਕੀਤੀਆਂ ਪੈਸੇ ਕਮਾਏ ਆ ਹੱਡ ਰਾਮੀ ਨਹੀਂ ਆ ਸਾਡੇ ਬੱਚਿਆਂ ਦੇ ਵਿੱਚ ਜਿਹਦੇ ਕਰਕੇ ਅੱਜ ਕੈਨੇਡਾ ਲੋਕ ਵੈਲਕਮ ਕੀਤਾ ਜਾਂਦਾ ਤੁਸੀਂ ਪੰਜਾਬ ਚ ਕਿਤੇ ਵੀ ਰਹਿੰਦੇ ਹੋ ਪੰਜਾਬੀ ਵਧੀਆ ਬੋਲ ਲੈਂਦੇ ਹੋ ਤੇ ਇਹ ਦਾਸ ਹਾਜ਼ਰ ਆ ਤੁਹਾਡੀ ਸੇਵਾ ਦੇ ਵਿੱਚ ਇਹ 15-20 ਹਜ਼ਾਰ ਲੋਕ ਭੇਜ ਚੁੱਕੇ ਆ ਦੇਖਦੇ ਆ ਹੁਣ 15 ਲੱਖ ਜਾਣੇ ਇਹਦੇ ਵਿੱਚ ਅਸੀਂ ਯੋਗਦਾਨ ਪਾਵਾਂਗੇ ਆਪਦਾ ਇਹਦੇ ਵਿੱਚ ਪੀਆਰ ਮਿਲੂਗੀ ਜਾਂ ਫਿਰ ਉਹਨਾਂ ਦਾ ਟੀਚਾ ਹੈ ਜੀ ਕਿ ਅਸੀਂ 15 ਲੱਖ ਲੋਕਾਂ ਨੂੰ ਪੱਕੇ ਕਰਨਾ ਵਾ ਅਗਲੇ 3 ਸਾਲਾਂ ਚ ਕਿਉਂ ਪੱਕੇ ਕਰਨਾ ਕਿਉਂਕਿ ਮੁਲਕ ਬੁਢਿਆਂ ਦਾ ਹੋ ਚੁੱਕਾ ਸੜਕ ਤੇ 10 ਬੰਦੇ ਜਾਂਦੇ ਦੇਖੋ ਦਸਾਂ ਚ 8 ਬੰਦੇ ਬਜ਼ੁਰਗ ਨਜ਼ਰ ਆਣਗੇ ਜਿਨ੍ਹਾਂ ਨੇ ਹੱਥ ਚ ਛੋਟੀਆਂ ਫੜੀਆਂ ਹੋਣਗੀਆਂ ਜਾਂ ਵਾਕਰ ਹੋਣਗੇ ਉਹਨਾਂ ਕੋਲ ਨਿਆਣੇ ਨਹੀਂ ਜੰਮਦੇ ਉੱਥੇ ਲੋਕ ਕਲਚਰ ਖਤਮ ਹੋ ਚੁੱਕਾ ਪੂਰੀ ਦੁਨੀਆ ਜੀ ਹੋ ਚੁੱਕਾ ਹੁਣ ਤਾਂ ਕੈਨੇਡਾ ਤੂੰ ਇਸ ਟਾਈਮ 베ਬੀ ਬੂਮ ਦੀ ਬਿਮਾਰੀ ਹੈ ਬਿਮਾਰੀ ਖਵਾਗੇ ਕਿਉਂਕਿ ਅੱਜ ਇੱਕ ਸਮਾਂ ਸੀ ਜਦੋਂ ਬੱਚੇ ਪੈਦਾ ਨਹੀਂ ਕੀਤੇ ਗਏ ਅੱਜ ਜਨਰੇਸ਼ਨ ਦੇ ਵਿੱਚ ਗੈਪ ਪੈ ਗਿਆ ਅੱਜ ਯੰਗ ਲੋਕ ਨਹੀਂ ਹੈਗੇ ਉਹਨਾਂ ਨੂੰ ਕਾਰਪੈਂਟਰ ਵੀ ਚਾਹੀਦਾ ਉਹਨਾਂ ਨੂੰ ਇਲੈਕਟ੍ਰੀਸ਼ੀਅਨ ਵੀ ਚਾਹੀਦਾ ਉਹਨਾਂ ਨੂੰ ਬੌਜੀ ਵੀ ਚਾਹੀਦੇ ਉਹਨਾਂ ਨੂੰ ਕਰਮਚਾਰੀ ਵੀ ਚਾਹੀਦੇ ਨੇ ਇਸ ਟਾਈਮ 15 ਲੱਖ ਲੋਕਾਂ ਦੀ ਇਮੀਡੀਏਟ ਡਿਮਾਂਡ ਰੱਖੀ ਗਈ ਹੈ ਤਾਂ ਜੋ ਸਕਿੱਲ ਸ਼ਾਰਟੇਜ ਨੂੰ ਪੂਰਾ ਕਰ ਸਕਣ ਜਿਹੜੇ ਮਜ਼ਦੂਰ ਨਹੀਂ ਹੈਗੇ ਉਹਨਾਂ ਦੇ ਕੋਲ ਕੰਮ ਕਰਨ ਵਾਲੇ ਕੰਮ ਹੀ ਨਹੀਂ ਹੈਗੇ ਜਦੋਂ ਬੰਦਿਆਂ ਦੀ ਕਮੀ ਪੈ ਦੇਗੀ ਉਦੋਂ ਬੰਦੇ ਬੁਲਾਏ ਜਾਣਗੇ ਇਹਨਾਂ ਨਾਲੋਂ ਜ਼ਿਆਦਾ ਮਾੜਾ ਹਾਲ ਇਸ ਟਾਈਮ ਆਸਟ੍ਰੇਲੀਆ ਦਾ ਵਾ ਉੱਥੇ ਵੀ ਇਸ ਟਾਈਮ 5-5 10-10 ਲੱਖ ਰੁਪਏ ਮਹੀਨੇ 'ਚ ਬੰਦਾ ਨਹੀਂ ਮਿਲਦਾ ਪਿਆ ਬੇਸਿਕਲੀ ਇਹ ਕੰਮ ਹੈ ਇਦਾਂ ਦਾ ਹੀ ਹਾਲਾਤ ਜਾਪਾਨ ਦੇ ਵਿੱਚ ਬ ਇੰਦਾਂ ਦੇ ਹਾਲਾਤ ਚਾਈਨਾ ਦੇ ਵਿੱਚ ਵੀ ਬਣਨੇ ਸ਼ੁਰੂ ਹੋ ਗਏ ਚਾਈਨਾ ਦੀ ਗਵਰਨਮੈਂਟ ਨੇ ਵੀ ਕਹਿ ਦਿੱਤਾ ਕਿ ਜਿਹੜਾ ਦੋ ਦੋ ਤਿੰਨ ਤਿੰਨ ਨਿਆਣੇ ਕਰੂਗਾ ਉਹਨੂੰ ਹੁਣ ਫੈਸਿਲਟੀਆਂ ਦੇਵਾਂਗੇ ਪੂਰੀ ਦੁਨੀਆ ਇਸ ਟਾਈਮ ਭਾਰਤ ਵੱਲ ਦੇਖਦੀ ਪਈ ਆ ਕਿ ਕਿੱਧਰ ਨੂੰ ਭਾਰਤ ਸਾਨੂੰ ਲੈ ਕੇ ਜਾਏਗਾ ਅੱਜ ਬਹੁਤ ਸਾਰੀਆਂ ਚੀਜ਼ਾਂ ਸਾਡੇ ਇੱਥੇ ਬਣਦੀਆਂ ਪਈਆਂ ਜਿਹੜੀਆਂ ਪੂਰੀ ਦੁਨੀਆ 'ਚ ਜਾ ਰਹੀਆਂ ਔਰ ਪੰਜਾਬ ਐਸ ਟਾਈਮ ਮੋਰੀ ਐ ਦੁਨੀਆ ਦੇ ਵਿੱਚ ਮੈਨਪਾਵਰ ਸਪਲਾਈ ਕਰਨ 'ਚ ਸਾਡੇ ਪੰਜਾਬ ਦੇ ਵਿੱਚ ਆਈਲੈਂਡ ਦੀ ਖੇਤੀ ਹੁੰਦੀ ਐ ਬੱਚੇ ਸਾਡੇ ਅੰਗਰੇਜ਼ੀ ਬੋਲਣੀ ਸਿੱਖਦੇ ਆ ਤੇ ਦੁਨੀਆ ਦੇ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਜਾ ਕੇ ਕੰਮ ਕਰਦੇ ਆ ਇਹ 15 ਲੱਖ ਲੋਕ ਉਹ ਜਾਣੇ ਆ 15 ਲੱਖ ਲੋਕ ਉਹ ਕੰਮ ਤੇ ਲੱਗਣੇ ਆ ਉਹਨਾਂ ਲੋਕਾਂ ਨੂੰ ਪੀਆਰ ਹੋਣੀ ਜਿਹੜੇ ਉੱਥੇ ਪਹੁੰਚ ਚੁੱਕੇ ਹੋਣਗੇ ਇਹ 15 ਲੱਖ ਲੋਕ ਸਟੂਡੈਂਟ ਵੀਜ਼ਾ ਲੈ ਕੇ ਚੱਲ ਜਾਣ ਇਹ ਵਰਕ ਵੀਜ਼ਾ ਲੈ ਕੇ ਚੱਲੇ ਜਾਣ ਇਹ ਲੋਕ ਵਿਜ਼ਟਰ ਵੀਜ਼ਾ ਲੈ ਕੇ ਚੱਲ ਜਾਣੇ ਫਿਰ ਵੀ ਪੱਕੇ ਹੋ ਜਾਣਗੇ ਉੱਥੇ ਪਹਿਲ ਕਿੰਨਾਂ ਨੂੰ ਮਿਲੂਗੀ ਸਟੂਡੈਂਟ ਨੂੰ ਪਹਿਲ ਮਿਲੂਗੀ ਜਿਹੜੇ ਕੋਈ ਵੀ ਬੰਦਾ ਜਿਹੜਾ ਕੈਨੇਡਾ ਪਹੁੰਚ ਜਾਂਦਾ ਉਹਦਾ ਪੀਆਰ ਦਾ ਸਫਰ ਸੋਖਾ ਹੋ ਜਾਂਦਾ ਹੁਣ ਜਦੋਂ ਮੈਂ ਸਟੂਡੈਂਟ ਦੀ ਗੱਲ ਕਰਾਂਗਾ ਹਰ ਕਿਸੇ ਕੋਲ 20 ਲੱਖ ਰੁਪਈਆ ਜਾਣ ਨੂੰ ਨਹੀਂ ਹੈਗਾ ਸਟੂਡੈਂਟ ਤੇ ਜਾਣਾ ਮਤਲਬ 20 ਲੱਖ ਰੁਪਈਆ ਚਾਹੀਦਾ ਗਰੀਬ ਬੰਦਾ 20 ਲੱਖ ਰੁਪਈਆ ਕਿੱਥੋਂ ਲਿਆਊਗਾ ਅਸੀਂ ਉਸ ਬੰਦੇ ਨੂੰ ਖੁੱਲਾ ਸੱਦਾ ਦੇ ਰਹੇ ਹਾਂ ਜਿਹਦੇ ਕੋਲ 15-20 ਹਜ਼ਾਰ ਰੁਪਈਆ 20 ਹਜ਼ਾਰ ਰੁਪਈਆ ਨਾਲ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਉਹਨੂੰ ਕਹਿੰਦੇ ਆ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਤੁਸੀਂ ਇਥੋਂ ਵਿਜ਼ਟਰ ਵੀਜ਼ਾ ਲੈ ਕੇ ਜਾਓ ਉੱਥੇ ਜਾ ਕੇ ਕੈਨੇਡਾ ਨੂੰ ਦੇਖੋ ਭਾਈਚਾਰਾ ਸਾਡਾ ਬਹੁਤ ਸਟਰੋਂਗ ਹੋ ਚੁੱਕਾ ਪੰਜਾਬੀ ਤੀਜੀ ਲੈਂਗੁਏਜ ਬਣ ਚੁੱਕੀ ਆ ਤੁਹਾਨੂੰ ਕੋਈ ਉੱਥੇ ਭੈਣ ਭਰਾ ਲੱਭਦਾ ਕੋਈ ਯਾਰ ਦੋਸਤ ਤੁਹਾਨੂੰ ਨੌਕਰੀ ਦੇ ਦਿੰਦਾ ਤੁਸੀਂ ਵਰਕ ਪਰਮਿਟ ਲੈ ਕੇ ਆਰਮਨ ਆਪਦੀ ਪੀਅਰ ਲੈ ਸਕਦੇ ਹੋ ਕਈ ਤਰ੍ਹਾਂ ਦੇ ਵੀਜ਼ੇ ਨੇ ਜਿਹੜੇ ਪੁਜਾਰੀ ਨੇ ਮੰਦਰਾਂ ਦੇ ਉਹ ਪੂਜਾ ਕਰਨ ਦੇ ਬਹਾਨੇ ਜਾਂਦੇ ਨੇ ਜਿਹੜਾ ਖੇਤੀਬਾੜੀ ਵਾਲਾ ਵਾ ਉਹ ਫਸਲਾਂ ਦੇ ਹਿਸਾਬ ਨਾਲ ਜਾਂਦਾ ਜਿਹੜਾ ਕਾਰੋਬਾਰੀ ਆਦਮੀ ਹੈ ਉਹ ਕਾਰੋਬਾਰ ਦੇ ਹਿਸਾਬ ਨਾਲ ਜਾਂਦਾ ਜਿਹਦੇ ਕੋਲ ਬਹੁਤ ਜ਼ਿਆਦਾ ਰੁਪਏ ਨੇ ਉਹ ਇਨਵੈਸਟਮੈਂਟ ਕਰਕੇ ਚੱਲ ਜਾਂਦਾ ਜਿਹੜਾ ਮਹੱਤਵ ਯੰਗਾ ਨਹੀਂ ਹੈਗਾ ਉਹ ਸਟੂਡੈਂਟ ਵੀਜ਼ਾ ਲਵਾ ਕੇ ਚੱਲ ਜਾਂਦਾ ਜਿਹੜੇ ਚੰਗੇ ਇੰਟੈਲੀਜੈਂਟ ਲੋਕ ਨੇ ਪੜ੍ਹੇ ਲਿਖੇ ਨੇ ਪੜ੍ਹਾਈ ਵਧੀਆ ਕੀਤੀ ਹੋਈ ਆ ਉਹ ਲੋਕ ਵਰਕ ਵੀਜ਼ਾ ਲੈ ਕੇ ਚੱਲ ਜਾਂਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤਬਕਾ ਹੋਵੇ ਪੰਜਾਬ ਦੇ ਵਿੱਚ ਉਹ ਅਜ ਵਾਂਝਾ ਨਹੀਂ ਰਹੇਗਾ ਕੈਨੇਡਾ ਤੋਂ ਕਿਉਂਕਿ ਨਜ਼ਰ ਆ ਰਿਹਾ ਕਿ 15 ਲੱਖ ਬੰਦਿਆਂ ਨੂੰ ਹੁਣ ਪੀਆਰ ਦੇਣ ਜਾ ਰਿਹਾ ਕੈਨੇਡਾ ਇਹ ਮੈਂ ਨਹੀਂ ਕਹਿ ਰਿਹਾ ਉੱਥੇ ਦੇ ਨਿਊਜ਼ਪੇਪਰ ਕਹਿ ਰਹੇ ਉੱਥੇ ਦੀ ਸਰਕਾਰ ਦੀਆਂ ਪਾਲਿਸੀਆਂ ਕਹਿ ਰਹੀਆਂ ਕਿ ਸਾਨੂੰ ਮਾਈਗ੍ਰੈਂਟ ਚਾਹੀਦਾ ਜੇ ਪਿਛਲੇ ਸਾਲ ਦਾ ਹੀ ਆਂਕੜਾ ਦੇਖ ਲਈਏ ਤਾਂ ਪਿਛਲੇ ਸਾਲ 1,25,000 ਦੇ ਕਰੀਬ ਪੀਆਰ ਕੱਲੇ ਭਾਰਤੀਆਂ ਨੂੰ ਦਿੱਤੀਆਂ ਗਈਆਂ ਦੂਜੇ ਬੰਨੇ ਚਾਈਨਾ ਵਾਲੇ ਲੋਕਾਂ ਨੂੰ 25000 ਰੁਪਏ ਆਰ ਦਿੱਤੀ ਗਈ ਹੈ ਹੁਣ ਪੂਰੀ ਦੁਨੀਆ ਦੇ ਵਿੱਚ ਜਦੋਂ ਪੱਕੇ ਕਰਨ ਦੀ ਵਾਰੀ ਆਉਂਦੀ ਸੀ ਤੇ ਚਾਈਨਾ ਨੰਬਰ ਪਹਿਲੇ ਨੰਬਰ ਤੇ ਹੁੰਦਾ ਸੀ ਅੱਜ ਚਾਈਨਾ ਦੇ ਬੰਦਿਆਂ ਨੂੰ 25000 ਰੁਪਏ ਆਰ ਮਿਲੀ ਹੈ ਤੇ ਸਾਡੇ ਛਾੜੇ ਸਵਾ ਲੱਖ ਬੱਚਿਆਂ ਨੂੰ ਵੀ ਆਰ ਮਿਲੀ ਹੈ ਇੱਥੋਂ ਇਹ ਚੀਜ਼ਾਂ ਬੜੀਆਂ ਕਲੀਅਰ ਹੁੰਦੀਆਂ ਕਿ ਕੈਨੇਡਾ ਨੂੰ ਇੱਕ ਚੀਜ਼ ਸਮਝ ਲੱਗ ਗਈ ਹੈ ਕਿ ਜੇ ਇਮਾਨਦਾਰ ਕੌਮ ਲੈਣੀ ਹੈ ਦੁਨੀਆ 'ਚੋਂ ਤਾਂ ਪੰਜਾਬ ਨੂੰ ਤੇ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਉਹਨਾਂ ਲੋਕ ਵੀ ਅੱਜ ਪੂਰੇ ਭਾਰਤ 'ਚ ਉਹਨੇ ਲੋਕ ਨਹੀਂ ਜਾਂਦੇ ਜਿੰਨੇ ਕੱਲੇ ਪੰਜਾਬ 'ਚ ਜਾਂਦੇ ਆ ਕਿਉਂਕਿ ਸਾਡੇ ਲੋਕਾਂ ਨੂੰ ਇਹਦੀ ਵੈ ਪਰ ਇੱਥੇ ਦੂਸਰਾ ਪੱਖ ਇਹਦਾ ਇਹ ਵੀ ਹੈ ਕਿ ਅਸੀਂ ਰੋਜ਼ ਜਦੋਂ ਨਿਊਜ਼ ਦੇਖਦੇ ਆਂ ਜਾਂ ਅਸੀਂ ਨਿਊਜ਼ ਦੇ ਵਿੱਚ ਰਹਿੰਦੇ ਆਂ ਤਾਂ ਅਜਿਹੀਆਂ ਖਬਰਾਂ ਵੀ ਰੋਜ਼ ਮਿਲਦੀਆਂ ਨੇ ਕਿ ਉੱਥੇ ਪੰਜਾਬੀ ਲੜ ਰਹੇ ਨੇ ਤੁਸੀਂ ਤਾਂ ਇਸ ਚੀਜ਼ ਨੂੰ ਨੇੜੇ ਤੋਂ ਜਾਣਦੇ ਹੋਵੋਗੇ ਕਿਨੇ ਉੱਥੋਂ ਦੀ ਰਿਪੋਰਟ ਹੋ ਰਹੇ ਨੇ ਕਿ ਪਹਿਲ ਮਿਲੂਗੀ ਸਾਨੂੰ ਦੇਖੋ ਲੜਾਈਆਂ ਤਾਂ ਹੁਣ ਬੱਚਿਆ ਨਹੀਂ ਕਰਨੀ ਲੜਾਈ ਕਿੱਥੇ ਨਹੀਂ ਹੁੰਦੀ ਉੱਥੇ ਦੀਆਂ ਲੜਾਈਆਂ ਜਿਹੜਾ ਮਸ਼ਹੂਰ ਜ਼ਿਆਦਾ ਹੋ ਜਾਂਦੀਆਂ ਹੁਣ ਜੇ ਕਿਤੇ satsang ਹੋ ਰਿਹਾ ਤੇ ਉਹ ਕੋਈ ਨਹੀਂ ਦਿਖਾਂਦਾ ਲੜਾਈ ਸਾਰੇ ਦਿਖਾ ਦਿੰਦੇ ਆ ਹੁਣ 50 100 ਬੱਚੇ ਬੈਠ ਕੇ ਉੱਥੇ ਨਿਤਨੇਮ ਕਰਦੇ ਹੋਣ ਉਹਦੀ ਵੀਡੀਓ ਨਹੀਂ ਬਣਾ ਕੇ ਕਿਸੇ ਚੈਨਲ ਨੇ ਬਣਾਨੀ ਜੇ ਕਿਸੇ ਨੇ ਬੈਸਬਾਲ ਫੜ ਫੜ ਲਿਆ ਜੇ ਕਿਸੇ ਨੇ ਹਾਕੀ ਫੜ ਲਈ ਹੈ ਜੇ ਸ਼ਰਾਬ ਪੀਤੀ ਨੇ ਕਿਸੇ ਨੇ ਚਾਰ ਬੱਚਿਆਂ ਨੇ ਰੋਲਾ ਪਾਤਾ ਤੇ ਉਹਦਾ ਰੋਲਾ ਪੈ ਜਾਂਦਾ ਕਿ ਦੇਖੋ ਜੀ ਇਹ ਪੰਜਾਬੀਆਂ ਨੇ ਖਰਾਬ ਕਰਤਾ ਜੀ ਕੰਮ ਸਾਡੇ ਨਾਲੋਂ ਜ਼ਿਆਦਾ ਤੇ ਕੌਮ ਉੱਥੇ ਦੀ ਗਲਤ ਹੈਗੀ ਹੈ ਉੱਥੇ ਦੇ ਹੋਰ ਲੋਕ ਗੋਰੇ ਵੀ ਨਹੀਂ ਨੇ ਉੱਥੇ ਚਾਈਨੀਜ਼ ਵੀ ਨਹੀਂ ਨੇ ਕੋਰੀਅਨ ਵੀ ਨਹੀਂ ਉਹ ਸਾਰੇ ਲੜਾਕੇ ਨੇ ਕੋਈ ਸਾਡੇ ਲੋਕ ਕੱਲੇ ਲੜਾਕੇ ਨਹੀਂ ਹੈਗੇ ਸਾਡੇ ਲੋਕ ਲੜਾਕੇ ਨਜ਼ਰ ਆਉਂਦੇ ਆ ਸਾਨੂੰ ਸਾਡੇ ਸੋਸ਼ਲ ਮੀਡੀਆ ਦੇ ਖੋਰ ਵੀ ਕਮਾ ਬਹੁਤ ਹੈਗੀਆਂ ਉੱਥੇ ਅੱਜ ਪਹਿਲ ਦਿੱਤੀ ਜਾ ਰਹੀ ਹੈ ਕਿਉਂਕਿ ਜ਼ਿਆਦਾਤਰ ਲੋਕ ਸਹੀ ਨੇ 1-2% ਬੰਦੇ ਦਾ ਹਰ ਕਿਤੇ ਸ਼ਰਾਬ ਦੀ ਖਰਾਬੀ ਕਰਦਾ ਹੀ ਕਰਦੇ ਤਾਂ ਕੋਈ ਵੀ ਆ ਕੇ ਤੁਹਾਡੇ ਕੋਲੇ ਆ ਸਕਦਾ ਚਾਹੇ ਉਹ ਕਾਰਪੈਂਟਰ ਦਾ ਕੋਈ ਸਾਡੇ ਕੋਲ ਆਵੇ ਜਿੱਥੇ ਮਰਜੀ ਜਾਵੇ ਮੇਰਾ ਮਕਸਦ ਹੁੰਦਾ ਲੋਕਾਂ ਨੂੰ ਮੋਟੀਵੇਟ ਕਰਨਾ ਭੁੱਖੇ ਮਰਨ ਵਾਲੋਂ ਕੰਮ ਕਰੋ ਮਿਹਨਤ करिए ਅੱਗੇ ਵਧਿਏ ਰਿਸਕ ਲਈਏ ਜ਼ਿੰਦਗੀ 'ਚ ਬਹੁਤ ਕੁਝ ਹੈ ਇੱਥੇ ਲੋਕ ਜਦੋਂ ਵੀਜ਼ਾ ਰਿਫਿਊਜ਼ ਹੋ ਜਾਂਦਾ ਨਾ ਉਦੋਂ ਹਾਰ ਜਾਂਦੇ ਆ ਹਉਂ ਲੱਗਦਾ ਕਿ ਨਹੀਂ ਜੀ ਮੇਰੀ ਤਾਂ ਜ਼ਿੰਦਗੀ ਖਤਮ ਹੋ ਗਈ ਅੱਜ ਲੋਕਾਂ ਨੂੰ ਇਹੀ ਨਹੀਂ ਪਤਾ ਭਲਾਈ ਕਿੱਥੋਂ ਕਰਨਾ ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਸਾਡੇ ਪੰਜਾਬ ਚ ਜਿਹੜੀ ਰਾਜਧਾਨੀ ਹੈ ਪੰਜਾਬ ਚ ਰਾਜਧਾਨੀ ਕਿਹੜੀ ਚੰਡੀਗੜ੍ਹ ਨਹੀਂ ਜੀ ਪੰਜਾਬ ਚ ਵੀਜਾ ਦੀ ਰਾਜਧਾਨੀ ਜਲੰਧਰ ਨੂੰ ਕਿਹਾ ਜਾਂਦਾ ਠੀਕ ਹੈ ਵੀਜਾ ਪੂਰੀ ਦੁਨੀਆ ਚ ਜਿਹੜਾ ਵੀਜਾ ਦਾ ਸਿਸਟਮ ਚੱਲਦਾ ਉਹ ਜਲੰਧਰ ਤੋਂ ਚੱਲਦਾ ਜਲੰਧਰ ਚ ਮੈਂ ਰਹਿਣਾ ਜਲੰਧਰ ਦੇ ਵਿੱਚ 3000 ਤੋਂ ਵੱਧ ਟਰੈਵਲ ਏਜੰਟ ਰਜਿਸਟਰ ਹੈ ਹੁਣ ਪੰਜਾਬ ਚ 22 23 ਜ਼ਿਲ੍ਹੇ ਆ ਸਾਡੇ ਜੇ ਇੱਕ ਸ਼ਹਿਰ ਦੇ ਵਿੱਚ 1000 1500 2000 ਲੋਕ ਵੀ ਕੰਮ ਕਰਦੇ ਹੋਣਗੇ ਤੇ ਨਾ ਨਾ ਕਰਦੇ ਵੀ 40 ਤੋਂ 50 ਹਜ਼ਾਰ ਰਜਿਸਟਰਡ ਟਰੈਵਲ ਏਜੰਟ ਪੰਜਾਬ ਚ ਜੇ ਇੱਕ ਬੰਦੇ ਕੋ 10 ਬੰਦੇ ਵੀ ਕੰਮ ਕਰਦੇ ਹੋਣਗੇ ਤੇ ਨਾ ਨਾ ਕਰਦੇ ਵੀ 5 ਲੱਖ ਬੰਦਾ ਇਸ ਇੰਡਸਟਰੀ ਚ ਕੰਮ ਕਰ ਰਿਹਾ ਹੁਣ ਜਿੰਨੇ ਵੀ ਬਾਹਰ ਜਾਣਾ ਉਹਦਾ ਕੋਈ ਨਾ ਕੋਈ ਭੈਣ ਭਰਾ ਹੀ ਕੰਮ ਕਰਦਾ ਹੀ ਕਰਦਾ ਹੁਣ ਉਹਨੂੰ ਇਹ ਹੀ ਨਹੀਂ ਸਮਝ ਮੈਂ ਕਿੱਥੋਂ ਅਪਲਾਈ ਕਰਾਂ ਕਿੱਥੋਂ ਨਾ ਕਰਾਂ ਜਦੋਂ ਵੀਜ਼ਾ ਰਿਫਿਊਜ਼ ਹੋ ਜਾਂਦਾ ਦੋ ਦੋ ਚਾਰ ਚਾਰ ਵਾਰ ਲੋਕਾਂ ਨੂੰ ਸਮਝ ਨਹੀਂ ਲੱਗਦੀ ਲੋਕ ਕਹਿੰਦੇ ਨਹੀਂ ਸਾਡੇ 'ਚ ਨੁਕਸ ਹੈਗਾ ਨੁਕਸ ਤੁਹਾਡੇ 'ਚ ਨਹੀਂ ਹੈਗਾ ਨੁਕਸ ਵੀਜ਼ਾ ਅਪਲਾਈ ਕਰਨ ਵਾਲੇ 'ਚ ਹੈ ਯਾ ਜਿਨੇ ਤੁਹਾਨੂੰ ਵੀਜ਼ਾ ਰਿਫਿਊਜ਼ ਕੀਤਾ ਵਾ ਉਹਦੇ ਕੋ ਵੀ ਤਾਂ ਗਲਤੀ ਹੋ ਸਕਦੀ ਹੈ ਨਾ ਜਦੋਂ 2 4 5 ਵਾਰ ਰਿਫਿਊਜ਼ ਹੋ ਕੇ ਬੰਦਾ ਸਾਡੇ ਕੋਲ ਪਹੁੰਚਦਾ ਸੀ ਕੀ ਕਰਦੇ ਅਸੀਂ ਸਿਰਫ ਉਹਦੀਆਂ ਗਲਤੀਆਂ ਲੱਭਦੇ ਆ ਕਿ ਯਾਰ ਤੂੰ ਆਹ ਗਲਤੀਆਂ ਕੀਤੀਆਂ ਸੀ ਤੂੰ ਦੁਬਾਰਾ ਅਪਲਾਈ ਕਰ ਲੈ ਇਥੇ ਅੱਧੇ ਪੰਜਾਬ ਨੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਰਿਫਿਊਜ਼ ਕਰਾਇਆ ਹੋਇਆ ਫਿਰ ਕਹਿੰਦੇ ਜੀ ਉਹ ਕਹਿੰਦੇ ਤੁਸੀਂ ਵਾਪਸ ਨਹੀਂ ਆਣਾ ਉਹ ਭਈ ਤੂੰ ਜਨਾਨੀ ਆਦਮੀ ਬੱਚੇ ਸਾਰਿਆਂ ਨੇ ਤਾਂ ਅਪਲਾਈ ਕਰਤਾ ਜਨਰਲੀ ਇੱਕ ਪਰਿਵਾਰ ਚ ਤਿੰਨ ਜਾਂ ਚਾਰ ਜੀ ਹੁੰਦੇ ਆ ਹੁਣ ਤੁਸੀਂ ਤਿੰਨੇ ਚਾਰੇ ਜੀ ਬਸ ਦੇ ਵਿੱਚ ਟਿਕਟ ਲੈ ਕੇ ਚੜ ਗਏ ਤੇ ਤੁਹਾਨੂੰ ਪਤਾ ਬਾਅਦ ਥੋੜੀ ਜਾਨਾ ਕਿਸੇ ਨੇ ਸਾਰਾ ਜੀਬ ਸਾਰਾ ਪਰਿਵਾਰ ਦਾ ਚਲਾ ਗਿਆ ਤਰੀਕਾ ਇਹ ਹੈਗਾ ਵੀ ਪਹਿਲਾਂ ਇੱਕ ਜਣਾ ਅਪਲਾਈ ਕਰੋ ਤੁਸੀਂ ਪਰਿਵਾਰ ਚ ਚਾਰ ਜੀ ਰਹਿੰਦੇ ਹੋ ਪਹਿਲਾਂ ਇੱਕ ਜਣਾ ਅਪਲਾਈ ਕਰੋ ਉਹ ਜਾਵੇ ਉੱਥੇ ਕੈਨੇਡਾ ਨੂੰ ਦੇਖ ਕੇ ਆਵੇ ਟਾਈਮ ਨਾ ਮੁੜ ਕੇ ਆਵੇ ਤੁਹਾਡੇ ਪਰਿਵਾਰ ਦਾ ਇੱਕ ਇਤਿਹਾਸ ਬਣੇ ਜਦੋਂ ਇਤਿਹਾਸ ਬਣ ਗਿਆ ਅਗਲੇ ਨੇ ਬਾਕੀਆਂ ਨੂੰ ਵੀ ਵੀਜ਼ੇ ਦੇ ਦੇਣੇ ਹੁਣ ਇਹ ਚੀਜ਼ ਜਦੋਂ ਕਿਸੇ ਨੂੰ ਸਮਝਾਉਣੀ ਹੈ ਉਹਨੂੰ ਸਮਝ ਨਹੀਂ ਲੱਗਦੀ ਅਲਗਾਂ ਦਾ ਨਹੀਂ ਸਾਡਾ ਤਾਂ ਸਾਰਾ ਟਬਰ ਇਕੱਠਾ ਹੀ ਚੜਿਆ ਸੀ ਤੇ ਸਾਨੂੰ ਵੀ ਇਕੱਠੇ ਭੇਜ ਸਭ ਤੋਂ ਸੌਖਾ ਹੈ ਵਿਜ਼ਿਟਰ ਵੀਜ਼ਾ ਟੂਰਿਸਟ ਵੀਜ਼ਾ ਜਿਹੜਾ ਕਿ 150 ਡਾਲਰ ਅੰਬੈਸੀ ਨੇ ਅਪਲੀਕੇਸ਼ਨ ਫੀਸ ਰੱਖੀ ਹੈ ਹੁਣ 150 ਡਾਲਰ 9 9.5 10000 ਰੁਪਏ ਬਣਦਾ ਹੁਣ ਇਹ 10000 ਰੁਪਏ ਨਾਲ ਕੈਨੇਡਾ ਦਾ 10 ਸਾਲ ਦਾ ਵੀਜ਼ਾ ਮਿਲਦਾ ਮਿਲਦਾ ਕਿਹਨੂੰ ਹੈ ਜਿਹੜਾ ਕਿਸੇ ਚੰਗੇ ਏਜੰਟ ਕੋ ਅਪਲਾਈ ਕਰ ਲੈਂਦਾ ਇਸੇ ਚੀਜ਼ ਦਾ ਲੋਕੀ 30 ਲੱਖ ਰੁਪਏ ਦਿੰਦੇ ਨੇ ਇਸੇ ਚੀਜ਼ ਦਾ ਕੋਈ 50 ਲੱਖ ਰੁਪਏ ਦੇ ਦਿੰਦਾ ਲੋਕ ਪੈਸੇ ਚੁੱਕ ਕੇ ਏਜੰਟ ਕੋ ਜਾਂਦੇ ਆ ਵੀ ਸਾਡੇ ਕੋਲ ਪੈਸੇ ਲੈ ਲੈ ਤੇ ਕੰਮ ਕਰਾ ਦੇ ਥੋੜਾ ਜਿਹਾ ਦਿਮਾਗ ਨਾਲ ਸਮਝ ਦੀ ਲੋੜ ਹੈ ਕਿ ਵੀਜ਼ਾ ਲਵਾਣ ਲੱਗੇ ਪੈਸੇ ਨਹੀਂ ਚਾਹੀਦੇ ਤੁਸੀਂ ਦਿਮਾਗ ਲਾਣਾ ਜੇ ਤੁਸੀਂ ਚਾਰਜੀਓ ਇੱਕ ਜਣਾ ਅਪਲਾਈ ਕਰ ਲਓ ਅੱਜ ਵੀਜ਼ਾ ਮਿਲ ਜਾਊਗਾ ਮੁੜ ਕੇ ਵਾਪਸ ਆ ਜੂਗਾ ਬਾਕੀ ਇਹਨੂੰ ਮਿਲ ਜਾਊਗਾ ਅੱਛਾ ਜਦੋਂ ਨਾ ਛੋਟੇ ਹੁੰਦੇ ਸੀ ਹਰ ਇੱਕ ਮੈਚ ਜਿੱਮੇ ਸ਼ੁਰੂਆਤ ਕੀਤੀ ਸੀ ਕਿ ਹਰ ਇੱਕ ਨੂੰ ਸੁਪਨਾ ਕਿਸੇ ਨਾ ਕਿਸੇ ਨੇ ਲਿਆ ਹੁੰਦਾ ਹੈ ਕਿਸੇ ਦਾ ਉਹ ਠੰਡਾ ਪੈ ਜਾਂਦਾ ਕੋਈ ਚਲਾ ਜਾਂਦਾ ਮੈਂ ਵੀ ਲਿਆ ਸੀ ਕਿ ਕਦੇ ਬਾਹਰ ਜਾਵਾਂਗੇ ਉਦੋਂ ਜਦੋਂ ਛੋਟੇ ਹੁੰਦੇ ਇੱਕ ਐਡ ਚੱਲਦੀ ਹੁੰਦੀ ਸੀ ਤੁਹਾਡੀ ਵਿਨੇ ਹੈਰੀ ਕਾਲਜ ਹਨ ਉਹ ਜਿਹੜੇ ਦੋ ਸਰਦਾਰ ਜੀ ਐਡ ਕਰਦੇ ਸੀ ਮੇਰੇ ਹੁਣ ਯਾਦ ਨਹੀਂ ਸ਼ੁਗਲੀ ਜੁਗਲੀ ਕਿ ਜਦੋਂ ਮੈਂ ਵਿਨੇਪਾ ਜੀ ਨੂੰ ਮਿਲੂੰਗਾ ਹੁਣ ਤਾਂ ਉਹ ਅੰਕੜਾ ਮੈਨੂੰ ਲੱਗਦਾ ਕਿੰਨਾ ਹੀ ਹੋਗਾ ਇੱਕ ਸਵਾਲ ਜ਼ਰੂਰ ਪੁੱਛੂੰਗਾ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਬਾਹਰ ਜਿਹੜਾ ਰਸਤਾ ਦਿਖਾ ਚੁੱਕੇ ਹਾਂ ਤਾਂ ਕਿੰਨਿਆਂ ਕੇ ਰਿਫਿਊਜ਼ ਲਾ ਚੁੱਕੇ ਆ ਨੇ ਦੇਖੋ ਰਿਫਿਊਜ਼ ਲਾਂ ਤੇ ਇਹ ਆ ਵੀ ਜਾਂ ਵੀਜ਼ਾ ਲੱਗਣਾ ਤੇ ਜਾਂ ਰਿਫਿਊਜ਼ ਹੋ ਜਾਣਾ ਚਲੋ ਕਿੰਨੀਆਂ ਐਪਲੀਕੇਸ਼ਨ ਆ ਚੁੱਕੀਆਂ ਹੁੰਦਾ ਕੀ ਹੈ ਕਿ ਅਸੀਂ ਮੇਰਾ ਖਿਆਲ ਹਜ਼ਾਰਾਂ ਦੇ ਵਿੱਚ ਗਿਣਤੀ ਹੈ ਜੇ ਚਲੇ ਗਏ ਹੋਣਗੇ ਤਾਂ 15-20 ਹਜ਼ਾਰ ਲੋਕ ਚਲੇ ਜਗੇ ਹੋਣਗੇ ਜੇ ਰਿਫਿਊਜ਼ ਹੋ ਗਏ ਹੋਣਗੇ ਤਾਂ ਸ਼ਾਇਦ ਇਤੋਂ ਜ਼ਿਆਦਾ ਰਿਫਿਊਜ਼ ਵੀ ਹੋ ਗਏ ਹੋਣਗੇ ਬਟ ਇਹ ਨਹੀਂ ਹੁੰਦਾ ਕਿ ਅਸੀਂ ਉਹਨੂੰ ਸਮਝਾਣੇ ਆ ਕਿ ਦੇਖ ਕੰਬੈਸੀ ਦੀ ਪਾਲਿਸੀ ਸੀ ਤੈਨੂੰ ਆ ਕਾਗਜ਼ ਦੇਣਾ ਸੀ ਤੂੰ ਆ ਕਾਗਜ਼ ਪੂਰਾ ਨਹੀਂ ਕਰਦਾ ਤੂੰ 4 ਮਹੀਨੇ 6 ਮਹੀਨੇ ਲਾ ਕੇ ਪੂਰਾ ਕਰ ਲੈ ਤੈਨੂੰ ਦੁਬਾਰਾ ਲੈ ਦੇਾਂਗੇ ਮੈਨੂੰ ਜਿੰਨਾ ਕਿ ਤਜਰਬਾ ਹੋ ਗਿਆ ਮੈਂ ਕਿਸੇ ਨੂੰ ਵੀ ਭੇਜ ਸਕਦਾ ਮੇਰਾ ਓਪਨ ਚੈਲੰਜ ਹੈ ਤੁਸੀਂ ਹੌਂਸਲਾ ਨਹੀਂ ਹਾਰਨਾ ਸਾਡੇ ਕੋਲ ਆਓ ਤੁਹਾਨੂੰ ਦੱਸਾਂਗੇ ਤੁਹਾਡੇ ਅੰਦਰ ਕਮੀ ਕੀ ਹੈ ਔਰ ਤੁਸੀਂ ਕਿੱਦਾਂ ਜਾ ਸਕਦੇ ਹੋ ਤੁਸੀਂ ਅੱਜ ਨਹੀਂ ਕੰਮ ਜੂਰੀ ਪੂਰੇ ਕਰਦੇ ਤੁਸੀਂ 2 ਮਹੀਨੇ 4 ਮਹੀਨੇ ਬਾਅਦ ਚਲ ਜੂਗੇ اچھا ਇਸ ਤੋਂ ਇਲਾਵਾ ਮੈਂ ਜਿਹੜਾ ਆਪਾਂ 15 ਲੱਖ ਵਾਲੇ ਤੇ ਮੁੜ ਕੇ ਆਈਏ ਬੜੇ ਪੰਜਾਬ ਦੇ ਅੰਦਰ ਜੇ ਮੈਂ ਗੱਲ ਕਰਾਂ ਸਟੂਡੈਂਟ ਵੀਜ਼ਾ ਤੇ ਬੱਚੇ ਜਾਂਦੇ ਨੇ ਬਾਹਰ ਪਰ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਮੋਟਿਵ ਹੈ ਉਹ ਪੜਾਈ ਕਰਨਾ ਨਹੀਂ ਉਹ ਪੀਆਰ ਲੈਣਾ ਹੀ ਹੈ ਲੱਗਦਾ ਹੈ ਕਿ ਇਹ ਜਿਹੜੇ 15 ਲੱਖ ਹੈ ਉਹਨਾਂ ਬੱਚਿਆਂ ਲਈ ਇਹ ਵੀ ਰਸਤਾ ਜਿਹੜਾ ਖੁੱਲੂਗਾ ਦੇਖੋ ਆਪਾਂ ਰੋਟੀ ਖਾਣੇ ਕਾਦੇ ਵਾਸਤੇ ਖਾਣੇ ਆ ਕੁਝ ਲੋਕ ਖਾਣਾ ਖਾਂਦੇ ਨੇ ਸਵਾਦ ਲਈ ਸਵਾਦ ਵਾਸਤੇ ਕੁਝ ਲੋਕ ਖਾਂਦੇ ਨੇ ਜੀਣ ਲਈ ਕੁਝ ਲੈਂਦੇ ਨੇ ਭੁੱਖ ਮਟਾਣ ਲਈ ਹੁਣ ਜਿਹੜਾ ਕੈਨੇਡਾ ਜਾਂਦਾ ਉਹਦਾ ਵੀ ਵੱਖਰਾ ਵੱਖਰਾ ਮੋਟਿਵ ਹੈ ਅਮੀਰ ਬੰਦਾ ਜਾ ਰਿਹਾ ਵੀ ਮੈਂ ਜ਼ਿੰਦਗੀ ਜੀਣਾ ਚਾਹਨਾ ਗਰੀਬ ਬੰਦਾ ਜਾ ਰਿਹਾ ਵੀ ਮੈਨੂੰ ਭੁੱਖ ਮੇਰੀ ਮਿਟ ਜਵੇ ਜਿਹਦੇ ਤੇ ਕਰਜ਼ਾ ਚੜਿਆ ਹੋ ਇਸ ਕਰਕੇ ਜਾਂਦਾ ਵੀ ਮੇਰੀ ਭੈਣ ਵਿਆਹੀ ਜਾਊਗੀ ਮੇਰੇ ਬਾਪ ਦਾ ਇਲਾਜ ਹੋ ਜਾਏਗਾ ਮੇਰਾ ਕਰਜ਼ਾ ਉਤਰ ਜਾਏਗਾ ਹਰ ਕਿਸੇ ਵਾਸਤੇ ਕੈਨੇਡਾ ਜਾਣ ਦਾ ਮੋਟਿਵ ਅਲੱਗ-ਅਲੱਗ ਹੈ ਇੱਥੇ ਅਮੀਰ ਘਰਾਂ ਦੇ ਲੋਕ ਕਰੋੜ ਰੁਪਈਆ ਧਾਰ ਕੇ ਜਾਂਦੇ ਨੇ ਚੰਗੀਆਂ ਯੂਨੀਵਰਸਿਟੀਆਂ ਨੂੰ ਫੀਸ ਗਰੀਬ ਬੰਦਾ 5000 ਡਾਲਰ ਨਾਲ ਵੀ ਚੱਲ ਜਾਂਦਾ ਸੋ ਹਰ ਕਿਸੇ ਵਾਸਤੇ ਕੈਨੇਡਾ ਦਾ ਮਾਇਨੇ ਵੱਖਰਾ ਵੱਖਰਾ ਵੈ ਕੋਈ ਵੀ ਜਾ ਸਕਦਾ ਵੈ ਜਦੋਂ ਪੜ੍ਹਾਈ ਦੀ ਗੱਲ ਕਰਦੇ ਆਂ ਪੜ੍ਹਾਈ ਦੀ ਫੀਸ 10000 ਡਾਲਰ ਤੋਂ ਸ਼ੁਰੂ ਹੋ ਕੇ 7-80000 ਡਾਲਰ ਤੱਕ ਹੈ ਹੁਣ ਉਹਨੇ ਪੈਸਿਆਂ 'ਚ 10 ਜਣੇ ਵੀ ਚੱਲ ਜਾਣੇ ਉਹਨੇ ਪੈਸਿਆਂ 'ਚ ਇੱਕ ਬੰਦਾ ਵੀ ਜਾਣਾ ਅੱਜ ਹਰ ਕਿਸੇ ਨੇ ਨਿਕਲਣਾ ਹੈ ਲੋਗ ਨਿਕਲਣਾ ਚਾਹੁੰਦੇ ਆ ਵੀ ਜੀਣਾ ਚਾਹੁੰਦੇ ਆ ਅਸੀਂ ਜਿਹੜਾ ਅਮੀਰ ਹੈ ਉਹ ਵੀ ਜਾਣਾ ਚਾਹੁੰਦਾ ਜਿਹੜਾ ਗਰੀਬ ਹੈ ਉਹ ਵੀ ਜਾਣਾ ਚਾਹੁੰਦਾ ਅਸੀਂ ਹਰ ਕਿਸੇ ਨੂੰ ਭੇਜ ਸਕਦੇ ਆਂ ਜਿਹਦੇ ਕੋਲ ਰੁਪਈਏ ਹੈਗੇ ਆ ਉਹ ਆਪ ਦਾ ਇਨਵੈਸਟਰ ਵੀਜ਼ਾ ਲੈ ਲਵੇ ਜਿਹੜਾ ਚੰਗਾ ਪੜਿਆ ਲਿਖਿਆ ਉਹ ਆਪ ਦਾ ਕੰਮ ਕਰਨ ਦਾ ਵੀਜ਼ਾ ਲੈ ਲਵੇ ਜਿਹੜਾ ਮਾਤੜਾ ਜਿਹਦੇ ਕੋਲ ਕੁਝ ਨਹੀਂ ਹੈਗਾ ਉਹ ਵਰਕ ਵੀਜ਼ਾ ਲੈ ਲਵੇ ਉਹ ਵਿਜ਼ਟਰ ਵੀਜ਼ਾ ਲੈ ਲਵੇ ਉਹ ਸਟੱਡੀ ਵੀਜ਼ਾ ਲੈ ਲਵੇ ਹਰ ਤਰੀਕੇ ਦਾ ਵੀਜ਼ਾ ਲੱਗਦਾ ਵਾ ਸਿਰਫ ਹੌਂਸਲਾ ਰੱਖਣ ਦੀ ਲੋੜ ਹੈ ਇਮਾਨਦਾਰੀ ਨਾਲ ਅਪਲਾਈ ਕਰੋ ਸਹੀ ਕਾਗਜ਼ ਲਾ ਕੇ ਅਪਲਾਈ ਕਰੋ ਉਸ ਏਜੰਟ ਕੋਲ ਜਾਓ ਜਿਹਨੇ ਕਦੀ ਕੋਈ ਕਿਸੇ ਦਾ ਕੰਮ ਕਰਾਇਆ ਮੈਂ ਨਹੀਂ ਕਹਿੰਦਾ ਤੁਸੀਂ ਮੇਰੇ ਕੋਲ ਹੀ ਆ ਜਾਓ ਸਾਰੇ ਮੈਂ ਵੀ ਇੰਨੇ ਸਾਰੇ ਪੰਜਾਬ ਮੈਂ ਥੋੜੀ ਇਕੱਲੇ ਨੇ ਭੇਜ ਦੇਣਾ ਸੜੀ ਇੱਕ ਹਿਸਟਰੀ ਐ ਅਸੀਂ ਉਸ ਬੰਦੇ ਨੂੰ ਭੇਜਦੇ ਹਾਂ ਜਿਹੜਾ ਨਹੀਂ ਜਾ ਸਕਦਾ ਜਿਹਦਾ ਵੀਜ਼ਾ ਲੱਗ ਜਾਣਾ ਉਹ ਤਾਂ ਜਿੱਥੋਂ ਮਰਜ਼ੀ ਲਵਾ ਕੇ ਚੱਲ ਜੂਵੇ ਸਾਡੇ ਕੋਲ ਤਾਂ ਉਹ ਆਵੇ ਜਿਹਦਾ ਨਹੀਂ ਲੱਗਦਾ ਅਸੀਂ ਉਹਦਾ ਵੀ ਲਵਾ ਕੇ ਦਿਖਾਵਾਂਗੇ ਤੁਸੀਂ ਹਿਸਟਰੀ ਦੀ ਗੱਲ ਕੀਤੀ ਹੈ ਮਾਫ ਕਰਿਓ ਗੁੱਸਾ ਨਾ ਕਰਿਓ ਮੈਂ ਕਦੇ-ਕਦੇ ਸੋਚਦਾ ਹੁੰਦਾ ਕਿ ਸਾਡੇ ਜਿਹੜੇ ਬੁੱਧੀਜੀਵੀ ਨੇ ਜਾਂ ਫਿਰ ਫੇਸਬੁੱਕ ਦੇ ਵਿਦਵਾਨ ਨੇ ਉਹ ਹਮੇਸ਼ਾ ਜਾਂ ਮੈਂ ਵੀ ਇਹ ਸੋਚਦਾ ਕਿ ਇੱਕ ਚੀਜ਼ ਤੇ ਬੜੀ ਡਿਬੇਟ ਹੁੰਦੀ ਹੈ ਕਿ ਪੰਜਾਬ ਦੇ ਅੰਦਰ ਪ੍ਰਵਾਸ ਹੋ ਰਿਹਾ ਹੈ ਸਾਡੀ ਯੂਥ ਪੀੜ੍ਹੀ ਹੈ ਜਿਹੜੀ ਉਹ ਬਾਹਰ ਜਾ ਰਹੀ ਹੈ ਤੁਸੀਂ ਇਤਿਹਾਸ ਦੀ ਗੱਲ ਕੀਤੀ ਹੈ ਜਦੋਂ ਇਹ ਇਤਿਹਾਸ ਲਿਖਿਆ ਜਾਊਗਾ ਕਿ ਪੰਜਾਬ ਦੇ ਅੰਦਰ ਜਹਾਜ਼ ਦੇ ਜਹਾਜ਼ ਭਰ ਕੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਾ ਰਹੇ ਸੀਗੇ ਤਾਂ ਉਦੋਂ ਇੱਕ ਨਾਮ ਦਾ ਜਿਹੜਾ ਜ਼ਿਕਰ ਉਹ ਜ਼ਰੂਰ ਹੋਊਗਾ ਉਹ ਹੈ ਵਿਨੇ ਹੈਰੀ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਲੋਕ ਕਮੈਂਟਾਂ ਦੇ ਥੱਲੇ ਕਹਿੰਦੇ ਨੇ ਕਿ ਆ ਜਿਹੜੇ ਉਹ ਬੁੱਧੀਜੀਵੀ ਇਸ ਚੀਜ਼ ਨੂੰ ਪ੍ਰਵਾਸ ਨੂੰ ਮਾੜਾ ਦੱਸਦੇ ਨੇ ਤਾਂ ਤੁਸੀਂ ਉਹ ਜਿਹੜਾ ਮਾੜਾ ਇਹਦਾ ਉਹ ਜਿਹੜਾ ਪਾਪ ਹੈ ਉਹ ਕਿਤੇ ਨਾ ਕਿਤੇ ਵਿਨੇ ਹੈਰੀ ਦੇਖੋ ਇਹਦੇ ਨਾਲ ਕੰਟਰੋਵਰਸਿਅਲ ਜਵਾਬ ਨੇ ਕਿਸੇ ਨੂੰ ਚੰਗੀ ਲੱਗਦੀ ਹੈ ਕਿਸੇ ਨੂੰ ਚੰਗੀ ਨਹੀਂ ਲੱਗਦੀ ਜਿਹੜਾ ਵੀ ਬੁੱਧੀਜੀਵੀ ਇਹ ਸੋਚਦਾ ਕਿ ਪ੍ਰਵਾਸ ਮਾੜਾ ਵਾ ਉਹਨੂੰ ਪਹਿਲਾਂ ਆਪ ਨੂੰ ਪੁੱਛੋ ਵੀ ਤੂੰ ਕਦੀ ਬਾਹਰ ਗਿਆ ਤੇਰੇ ਪਾਸਪੋਰਟ ਤੇ ਕੋ ਵੀਜ਼ਾ ਹੈਗਾ ਇਥੇ ਪੰਜਾਬ 'ਚ ਜਿੰਨੀ ਪਾਪੂਲੇਸ਼ਨ ਆ ਤੁਸੀਂ ਕਿਸੇ ਨੂੰ ਪੁੱਛ ਲਿਓ ਭਾਜੀ ਕੈਨੇਡਾ ਜਾਣਾ ਲੱਗਦਾ ਹਾਂ ਜੀ ਮੈਨੂੰ ਭੇਜੋ ਲੋਕ ਇੰਨੇ ਕਿ ਜਿਆਦਾ ਜਾ ਚੁੱਕੇ ਆ ਬਾਹਰ ਦੀ ਵੈਲਿਊ ਪਤਾ ਲੱਗ ਗਈ ਇਥੇ ਛੜ ਜਣਾ ਤੁਸੀਂ ਬੰਨਣਾ ਹੀ ਕੁਛ ਨਹੀਂ ਤੁਹਾਡਾ ਐਸਾ ਮਾਹੌਲ ਦੇਖੋ ਬਾਜ਼ਾਰ ਜਾ ਕੇ ਕੀ ਸਾਲਣਾ ਓ ਖਾਦਾ ਅਸੀਂ ਕੋਈ ਮਾੜਾ ਚੰਗਾ ਨਹੀਂ ਕਵਾਂਗੇ ਵੀ ਜੀ ਪਰਾਲੀ ਪਾਲੜੀ ਮਾੜੀ ਸੀ ਚੰਗੀ ਸੀ ਸਰਕਾਰਾਂ ਦੀਆਂ ਪਾਲਿਸੀਆਂ ਕੀ ਸਾਲ ਐ ਹੋ ਰਿਹਾ ਅੱਜ ਬਾਦ ਸਮਾਜ ਦੇ ਵਿੱਚ ਕੀ ਖਾਂਦੇ ਪੀਓ ਤੁਸੀਂ ਕਿਹੜਾ ਦੁੱਧ ਪੀ ਰਹੇ ਹੋ ਤੁਸੀਂ 150 ਤੋਂ 200 ਰੁਪਏ ਕਿਲੋ ਦੁੱਧ ਘਰ ਪੈਂਦਾ ਤੁਸੀਂ ਸਵੇਰ ਨੂੰ ਆਪ ਲਾ ਡੰਗ ਰੱਖ ਲੋ 60 ਰੁਪਏ 70 ਰੁਪਏ ਕਿਲੋ ਕਿੱਦਾਂ ਮਿਲ ਜਾਂਦਾ ਤੁਹਾਨੂੰ ਮਲਾਵਟੀ ਚੀਜ਼ਾਂ ਖਾਣੇ ਪਈਆਂ ਅਸੀਂ ਤਿਹਾਰ ਆਂਦੇ ਆ ਨਕਲੀ ਮਠਾਈਆਂ ਫੜੀਆਂ ਜਾਂਦੀਆਂ ਨਕਲੀ ਖੋਆ ਫੜਿਆ ਜਾਂਦਾ ਸਾਲ 'ਚ 2-4 ਵਾਰ ਵਾਰਦਾ ਤਾਂ ਹੋ ਜਾਂਦੀਆਂ ਜੀ ਨਕਲੀ ਸ਼ਰਾਬ ਫੜੀ ਗਈ ਉਹ ਕੋਈ ਚੀਜ਼ ਪਿਓਰ ਤਾਂ ਰਹੀ ਨਹੀਂ ਇੱਥੇ ਸਾਡੇ ਕੋਲ ਕੀ ਖਾਣੇ ਪਈਆਂ ਅਸੀਂ 30-35 ਸਾਲ ਦੇ ਵਿੱਚ ਵਿੱਚ ਸ਼ੂਗਰ ਹੋ ਜਾਂਦੀ ਹੈ 40 ਸਾਲਾਂ 'ਚ ਬੰਦੇ ਨੂੰ ਬੀਪੀ ਦੀ ਬਿਮਾਰੀ ਲੱਗ ਜਾਂਦੀ ਹੈ 50 ਤੋਂ ਪਹਿਲਾਂ ਪਹਿਲਾਂ ਹੀ ਬੰਦਾ ਰਟਾਇਰ ਹੋ ਜਾਂਦਾ ਬਿਲਕੁਲ ਆਪਾਂ ਜੀਨ ਆਏ ਆ ਅਧਿਕਾਰ ਆ ਸਾਨੂੰ ਜੇ ਅੱਜ ਕੋ ਬਾਹਰ ਜਾ ਰਿਹਾ ਘੱਟੋ ਘੱਟ 20 ਸਾਲ ਉਹਦੀ ਉਮਰ ਵਧ ਜੂਗੀ ਉਹ ਰੋਟੀ ਵਧੀਆ ਖਾ ਲੂਗਾ ਉਹ ਆਪਣੇ ਮਾਪੇ ਬਰ ਨੂੰ ਚੰਗਾ ਸੁੱਖ ਦੇ ਦੂਗਾ ਤਾਂ ਲਾਜ ਵਧੀਆ ਹੋ ਜਾਊਗਾ ਇੱਥੇ ਕੀ ਹੁੰਦਾ ਜਿਹਨੂੰ ਕੈਂਸਰ ਹੋ ਗਿਆ ਉਹਦੀ ਮੌਤ ਹੋ ਜਾਣੀ ਕਿੰਨੀ ਦੇਰ ਚ ਹੋ ਜਾਣੀ ਜਿਹਦੇ ਕੋ ਗਰੀਬ ਹੈ ਉਹਦੇ 6 ਮਹੀਨੇ ਸਾਲ ਚ ਲੰਘ ਜਾਈ ਹੋਣੀ ਕੁਮੀਰਾ ਦਾ 2 ਸਾਲ ਚ ਲੰਘ ਜੂਗਾ ਬਿਲਕੁਲ ਦੂਸਰਾ ਪੱਖ ਇਹਦਾ ਇਹ ਵੀ ਹੈ ਜੇ ਇਸ ਗੱਲ ਨੂੰ ਹੋਰ ਅੱਗੇ ਤੋਰੀਏ ਹਰਿਆਣਾ ਦੇ ਵਿੱਚ ਇਲੈਕਸ਼ਨ ਸੀ ਮੇਰੀ ਡਿਊਟੀ ਉੱਥੇ ਲੱਗੀ ਹੋਈ ਸੀ ਉੱਥੇ ਮੈਂ ਜਦੋਂ ਲੋਕਾਂ ਨੂੰ ਪੁੱਛਿਆ ਉਹ ਕਹਿੰਦੇ ਕਿ ਤੁਹਾਡੇ ਲੋਕ ਜਾਗਰੂਕ ਹੋ ਗਏ ਨੇ ਜਾਗਰੂਕ ਹੋਣ ਦਾ ਕਾਰਨ ਇਹ ਹੈ ਕਿ ਤੁਹਾਡੇ ਘਰਾਂ ਦੇ ਵਿੱਚੋਂ ਲੋਕ ਬਾਹਰ ਚਲੇ ਗਏ ਨੇ ਉਹਦੇ ਨਾਲ ਲੋਕਾਂ ਨੂੰ ਸੋਚਨਾ ਆ ਗਿਆ ਕਿ ਉੱਥੇ ਦਾ ਜਿਹੜਾ ਪੋਲੀਟੀਕਲ ਕੋਈ ਲੀਡਰ ਆਇਆ ਜਾਂ ਕੋਈ ਐਮਐਲਏ ਹੈ ਉਹ ਤਾਂ ਇਸ ਤਰ੍ਹਾਂ ਬਾਹਰ ਫਿਰ ਰਿਹਾ ਤੇ ਸਾਡੇ ਲੋਕ ਸਵਾਲ ਪੁੱਛਣ ਲੱਗ ਗਏ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੀ ਹੋ ਸਕਦਾ ਹੋਵੇ ਇਕਨੋਮੀ ਡਿਗਰੀ ਹੋਵੇ ਕੋਈ ਵੀ ਸਾਡੇ ਲੋਕਾਂ ਨੂੰ ਸਮਝ ਲੱਗ ਗਿਆ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਅੱਜ ਸਾਡੇ ਸਿੱਖਿਆ ਦਾ ਮਿਆਰ ਬਹੁਤ ਡਾਊਨ ਸੀਗਾ ਅੱਜ ਦੇਖ ਲਓ ਪੂਰੀ ਦੁਨੀਆ ਚ ਚੁੱਕੇ ਜਿੰਨੀ ਆਈਲਟ ਅੱਜ ਪੰਜਾਬ ਚ ਪੜਾਈ ਜਾਂਦੀ ਹੈ ਜਿੰਨਾ ਅੰਗਰੇਜ਼ੀ ਦਾ ਲੈਵਲ ਪੰਜਾਬ ਚ ਹੈ ਇਹ ਪੂਰੀ ਦੁਨੀਆ ਚ ਨਹੀਂ ਹੈਗਾ ਇਕੱਲੇ ਇਕੱਲੇ ਛੋਟੇ ਛੋਟੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਸਬਿਆਂ ਦੇ ਵਿੱਚ 5 500 1000 1000 ਆਈਲਟ ਦਾ ਸੈਂਟਰ ਹੈ ਅੰਗਰੇਜ਼ੀ ਤਾਂ ਭੱਜੀ ਫਿਰਦੀ ਹੈ ਅੱਗੇ ਅੰਗਰੇਜ਼ੀ ਵਾਲਿਆਂ ਨੇ ਸਾਡੀ ਬਣਦੀ ਨਹੀਂ ਸੀ ਅੱਜ ਸਾਡੇ ਨਿੱਕੇ ਨਿੱਕੇ ਜੁਆਗ ਹੀ ਸੱਤ ਸੱਤ ਬੈਂਡ ਲੈ ਰਹੇ ਆ ਸਾਡੇ ਲੋਕਾਂ ਦੇ ਕੋਲ ਉਹ ਤਾਂ ਮੈਨੀਫੈਸਟੋਰਾਂ ਦੇ ਵਿੱਚ ਕੋ ਪੰਜਾਬ ਔਰ ਗੁਜਰਾਤ ਦੋ ਸਟੇਟਾਂ ਸੀ ਜਿੱਥੇ ਅੰਗਰੇਜ਼ੀ ਤੋਂ ਬਹੁਤ ਡਰ ਲੱਗਦਾ ਸੀ ਸਾਨੂੰ ਕਿਉਂਕਿ ਜਦੋਂ ਅੰਗਰੇਜ਼ੀ ਹੈ ਨਹੀਂ ਤਾਂ ਸਿੱਖਿਆ ਦੂਰ ਰੱਖੇਗੀ ਸਾਡੇ ਤੋਂ ਸਾਡੇ ਲੋਕਾਂ ਨੇ ਅੱਜ ਖੋਲਹੀ ਸਾਡੇ ਨਿੱਕੇ ਨਿੱਕੇ ਜਵਾਕ ਅੱਜ ਦੁਨੀਆ ਦੀਆਂ ਟੌਪ ਦੀਆਂ ਯੂਨੀਵਰਸਿਟੀਆਂ 'ਚ ਫ੍ਰੀ ਪੜਨ ਜਾ ਰਹੇ ਆ ਤੁਹਾਡੇ ਚੈਨਲ ਤੇ ਮੈਂ ਖਬਰਾਂ ਸੁਣੀਆਂ ਕਈ ਵਾਰੀ ਕਿ ਬੱਚੇ ਮੋਟੀਆਂ ਸਕਾਲਰਸ਼ਿਪਾਂ ਲੈ ਕੇ ਜਾ ਰਹੇ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਨਾਂ ਖੜਾ ਹੋ ਗਿਆ ਸਾਡੇ ਲੋਕਾਂ ਦਾ ਕਿਉਂਕਿ ਐਜੂਕੇਸ਼ਨ ਦਾ ਲੈਵਲ ਵਧੀਆ ਹੋ ਗਿਆ ਇਹ ਐਜੂਕੇਸ਼ਨ ਦਾ ਲੈਵਲ ਇੱਥੇ ਬੀਐਡ ਕਾਲਜ ਨਾਲ ਨਰਸਿੰਗ ਕਾਲਜ ਖੁੱਲਣ ਦਾ ਨਹੀਂ ਹੋਇਆ ਇਹ ਐਜੂਕੇਸ਼ਨ ਦਾ ਲੈਵਲ ਬਣਿਆ ਜਾ ਕੇ ਜਿਹੜਾ ਸਾਡੇ ਲੋਕ ਬਾਹਰ ਗਏ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਬੇકરી ਖਣੀ ਕੋ ਬੰਦਾ ਪੜ੍ਹ ਕੇ ਆ ਉਹਨੇ ਇੱਕ ਬੇકરી ਬਣਾਈ ਉਹਨੇ ਪੂਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਬੇਕਰੀਆਂ ਬਣਾਤੀਆਂ ਬਿਲਕੁਲ ਜਾਓ ਪੂਰਾ ਹਿੰਦੁਸਤਾਨ ਘੇਮ ਲੋ ਜੋ ਅੱਜ ਤੁਹਾਨੂੰ ਪੰਜਾਬ ਦੀਆਂ ਬਕਰੀਆਂ ਤੋਂ ਸਮਾਨ ਮਿਲ ਜਾਂਦਾ ਇੱਕ ਬ੍ਰਾਂਡ ਆ ਪਨਾਣੀ ਰਵਾਂਗੇ ਉਸ ਬ੍ਰਾਂਡ ਤੋਂ ਜੋ ਸਮਾਨ ਮਿਲ ਜਾਂਦਾ ਤੁਹਾਨੂੰ ਹਿੰਦੁਸਤਾਨ ਚ ਖਾਣ ਨੂੰ ਨਹੀਂ ਮਿਲਦਾ ਬਿਲਕੁਲ ਅੱਜ ਤੁਸੀਂ ਪੰਜਾਬ ਦੇ ਫੂਡ ਜੁਆਇੰਟ ਦੇਖ ਲੋ ਅੰਮ੍ਰਿਤਸਰ ਚਲ ਜੋ ਜਲੰਧਰ ਲੁਧਿਆਣਾ ਐਦਾਂ ਐਦਾਂ ਦੇ ਖਾਣੇ ਦੀਆਂ ਕੰਟੀਨੈਂਟਲ ਦੀਆਂ ਦੁਕਾਨਾਂ ਖੁੱਲ ਚੁੱਕੀਆਂ ਜੋ ਪੂਰੇ ਹਿੰਦੁਸਤਾਨ ਜੀ ਨਹੀਂ ਗੀਆਂ ਸਾਡੇ ਬੱਚੇ ਬਾਹਰੋਂ ਪੜ੍ਹ ਕੇ ਆਏ ਬਾਹਰੋਂ ਟੈਕਨੋਲੋਜੀ ਲੈ ਕੇ ਆਏ ਅੱਜ ਮੁਲਕ ਦੇਖ ਲੋ ਕਿਤੇ ਦਾ ਕਿਤੇ ਲੱਗੇ ਹਰ ਕਿਸੇ ਨੂੰ ਪਤਾ ਅੱਜ ਸਟਾਰਟਅਪ ਦਾ ਟਾਈਮ ਚੱਲਦਾ ਪਿਆ ਜਿਸ Zomato ਦਾ ਇਤਿਹਾਸ ਕੱਢਦੇ ਹਾਂ ਉਹ ਵੀ ਪੰਜਾਬ ਦੇ ਨਾਲ ਜੁੜਦਾ ਹੈ ਜੇ ਅਸੀਂ Ola ਦਾ ਇਤਿਹਾਸ ਕੱਢਦੇ ਹਾਂ ਉਹ ਵੀ ਪੰਜਾਬ ਦੇ ਨਾਲ ਜੁੜਦਾ ਹੈ ਜੇ ਅਸੀਂ Airtel ਦੀ ਗੱਲ ਕਰ ਲੈਂਦੇ ਹਾਂ ਉਹ ਵੀ ਪੰਜਾਬ ਦੇ ਨਾਲ ਜੁੜਦਾ ਹੈ ਇਹ ਕੌਣ ਲੋਕ ਨੇ ਇਹ ਲੋਕ ਜਿਹੜੇ ਬਾਹਰ ਪੜਨ ਗਏ ਸੀ ਇਹ ਲੋਕ ਜਿਹੜੇ ਪੜ ਕੇ ਆਏ ਅੱਜ ਕੈਨੇਡਾ ਦੀ ਪਾਰਲੀਮੈਂਟ 'ਚ 18 ਬੰਦੇ ਮੈਂਬਰ ਆਫ ਪਾਰਲੀਮੈਂਟ ਨੇ ਉਹ 18 'ਚੋਂ 16 ਦਾ ਇਤਿਹਾਸ ਪੰਜਾਬ ਨਾਲ ਜੁੜਿਆ ਹੈ ਸਾਡੇ ਲੋਕ ਦੁਨੀਆ ਦੇ ਉੱਤੇ ਅੱਜ ਰਾਜ ਕਰਦੇ ਪਏ ਨੇ ਅੱਜ ਸਾਰੇ ਜਣੇ ਬੜੇ ਖੁਸ਼ ਹਨ ਜੀ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣ ਗਿਆ ਜੀ ਇੰਡੀਅ ਇਥੇ ਦੀ ਬੈਕਗ੍ਰਾਉਂਡ ਹੈ ਉਹਦੀ ਉਹਦੀਆਂ ਰਗਾਂ 'ਚ ਵੀ ਪੰਜਾਬ ਦਾ ਹੀ ਖੂਨ ਹੈ ਬਿਲਕੁਲ ਸਾਡ ਨੂੰ ਸਿੱਖਿਆ ਤੋਂ ਦੂਰ ਰੱਖਿਆ ਗਿਆ ਇਹ ਗੁਰੂਆਂ ਮਹਾਰਾਜ ਦਾ ਸਾਡੇ ਦੇਵੀ-ਦੇਵਤਿਆਂ ਦੀ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਾਨੂੰ ਗਿਆਨ ਮਿਲਿਆ ਸਾਡੇ ਤੇ ਕਿਰਪਾ ਹੋਈ ਕਿ ਅੱਜ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਸਾਡੀ ਕੌਮ ਪਹੁੰਚ ਚੁੱਕੀ ਹੈ ਠੀਕ ਹੈ ਜਦੋਂ ਇੱਥੇ ਰਹਿੰਦੇ ਹਾਂ ਅਸੀਂ ਸਾਨੂੰ ਮਾੜਾ ਚੰਗਾ ਹਰ ਕਿਸੇ 'ਚ ਨਜ਼ਰ ਆਂਦਾ ਬਟ ਜੋ ਸਾਡੇ ਬੱਚਿਆਂ ਨੇ ਬਾਹਰ ਜਾ ਕੇ ਨਾਂ ਬਣਾਇਆ ਦੁਨੀਆ ਦੇ ਵਿੱਚ ਕਿਸੇ ਬਿਲਕੁਲ ਸਹਿਮਤ ਹੈ ਜੀ ਤੁਹਾਡੀ ਗੱਲ ਦੇ ਨਾਲ ਪੋਲੀਟੀਕਲ ਪਾਰਟੀਆਂ ਨੂੰ ਚੋਣ ਮੈਨੀਫੈਸਟੋਸ ਦੇ ਵਿੱਚ ਇਹ ਕਹਿਣਾ ਪੈ ਗਿਆ ਕਿ ਅਸੀਂ ਤੁਹਾਨੂੰ ਜੇ ਜਿੱਤਦੇ ਹਾਂ ਤਾਂ ਤੁਹਾਨੂੰ ਹਾਈਲਾਈਟਸ ਦੇ ਜਿਹੜੇ ਕੋਰਸ ਨੇ ਉਹ ਫ੍ਰੀ ਕਰਵਾਵਾਂਗੇ ਤੇ ਇਹ ਕਰੇਜ਼ ਹੈ ਇਹਦੇ ਨਾਲ ਨਾਲ ਇੱਕ ਮੇਰਾ ਹੋਰ ਸਵਾਲ ਹੈ ਕਿ ਮੈਨੂੰ ਹੁਣੀ ਮੇਰਾ ਫਰੈਂਡ ਹੈ ਉਹ ਵੀ ਕੈਨੇਡਾ ਜਾਣ ਦਾ ਚਾਹਵਾਨ ਹੈ ਉਹ ਮੈਨੂੰ ਪੁੱਛ ਰਿਹਾ ਸੀ ਕਿ ਕਹਿੰਦਾ ਹੁਣ ਮੈਨੂੰ ਲੱਗਦਾ ਵੀ ਕੈਨੇਡਾ ਜਾਣਾ ਔਖਾ ਹੋ ਗਿਆ ਕਿਉਂਕਿ ਇੰਟਰਵਿਊ ਲੈਣ ਲੱਗੀ ਕਿ ਕੈਨੇਡਾ ਜਿਹੜੀ ਇਮੀਗ੍ਰੇਸ਼ਨ ਐਂਬੈਸੀ ਹੈ ਉਹ ਇੰਟਰਵਿਊਜ਼ ਲੈਣ ਲੱਗੀ ਇਹਦੀ ਕੀ ਇਹ ਮੈਨੂੰ ਤਾਂ ਉਹਦੀ ਗੱਲ ਸਮਝ ਨਹੀਂ ਆਈ ਤੁਸੀਂ ਸਮਝਾਓ ਅੱਜ ਕੀ ਆ ਅੱਜ ਡਿਜੀਟਲ ਮੀਡੀਆ ਦਾ ਜਮਾਨਾ ਹੈ ਇਹ ਵੀਡੀਓ ਜਿਹੜਾ ਵੀ ਦੇਖੂਗਾ ਨਾ ਜਿਉ ਇਹਦੇ ਤੇ ਕਮੈਂਟ ਲਿਖਦਾ ਜਿਉ ਇਹਦੇ ਤੇ ਕਲਿੱਕ ਕਰਦਾ ਉਹਦੇ ਪੈਸੇ ਡਾਲਰ ਮਿਲਦੇ ਆ ਇਹ ਟੀਆਰਪੀ ਦਾ ਸਮਾਂ ਚੱਲਦਾ ਪਿਆ ਬਿਲਕੁਲ ਤੇ ਅੱਜ ਵਿਦਵਾਨ ਬਹੁਤ ਜ਼ਿਆਦਾ ਨੇ ਫੇਸਬੁੱਕ ਤੇ YouTube ਤੇ ਤੇ ਇੱਕ ਵੀਡੀਓ ਬਣਾ ਦੇਣੀ ਹੁਣ ਇੱਕ ਇੰਟਰਵਿਊ ਆ ਗਈ ਇੰਟਰਵਿਊ ਆ ਗਈ ਕਿਹਦੀ ਆਈ ਇੰਟਰਵਿਊ ਕਿ ਜੇ ਕੋ ਪ੍ਰੂਫ ਹੈਗਾ ਕਿ ਇਹਦੀ ਇੰਟਰਵਿਊ ਆਈ ਹਮ ਇੰਟਰਵਿਊ ਉਹਨਾਂ ਲੋਕਾਂ ਦੀਆਂ ਆ ਰਹੀਆਂ ਜਿਨ੍ਹਾਂ ਨੇ ਨਕਲੀ ਕਾਗਜ਼ ਲਾਏ ਆ ਹਮ ਜਦੋਂ ਇੱਕ ਫਾਈਲ ਦੇ ਵਿੱਚ ਤੁਸੀਂ ਨਕਲੀ ਕਾਗਜ਼ ਲਾਏ ਆ ਹਮ ਅਗਲੇ ਨੇ ਤੁਹਾਨੂੰ ਇੱਜ਼ਤ ਨਾ ਸੱਦਣਾ ਹਮ ਤੁਹਾਨੂੰ ਸਵਾਰ ਕੇ ਤੁਹਾਡੇ ਬਿਆਨ ਲਿਖਣੇ ਆ ਤੇ ਫਿਰ ਤੁਹਾਡੇ ਤੇ ਕੇਸ ਦਰਜ ਕਰਨਾ ਕਿ ਭਾਈ ਤੂੰ ਗਲਤ ਕਾਵੇ ਲਾ ਕੇ ਸਾਡੇ ਕੋਲ ਫਾਈਲ ਲਾਈ ਹਮ ਅੱਜ ਇੰਟਰਵਿਊ ਉਹਨਾਂ ਬੱਚਿਆਂ ਦੀ ਆ ਰਹੀਆਂ ਜਿਨ੍ਹਾਂ ਦੀਆਂ ਫਾਈਲਾਂ ਦੇ ਵਿੱਚ ਫੇਕ ਵਰਕ ਐਕਸਪੀਰੀਅੰਸ ਲੱਗੇ ਆ ਜਿਨ੍ਹਾਂ ਨੇ ਨਕਲੀ ਹਾਈਲਾਈਟ ਦੇ ਸਰਟੀਫਿਕੇਟ ਲਾਏ ਹੋਏ ਆ ਜਿਹੜੇ ਗਲਤ ਤਰੀਕਿਆਂ ਨਾਲ ਫਾਈਲਾਂ ਲਾ ਰਹੇ ਨੇ ਉਹਨਾਂ ਦੀਆਂ ਇੰਟਰਵਿਊ ਆ ਰਹੀਆਂ ਇਥੇ ਹਰ ਬੰਦਾ ਹੀ ਅੱਜ ਵਿਦਵਾਨ ਬਣਿਆ ਆ ਜੀ ਅਲਗ ਕਹਿੰਦਾ ਜੀ ਮੈਂ ਵੀਜ਼ਾ ਗੁਰੂ ਆ ਜੀ ਇਹ ਗੁਰੂ ਵਰਡ ਬੜਾ ਫੇਮਸ ਹੋ ਗਿਆ ਬਿਲਕੁਲ ਅਲਗ ਕਹਿੰਦਾ ਜੀ ਮੈਂ ਵੀਜ਼ਾ ਗੁਰੂ ਆ ਮੇਰੇ ਕੋਲ ਪੁੱਛੋ ਤੁਸੀਂ ਇੰਟਰਵਿਊ ਬੜੀ ਆ ਰਹੀ ਜਿਹੜੀ ਨਵੇਂ ਕੈਨੇਡਾ ਨੇ ਸ਼ੁਰੂ ਕਰਤੀ ਇੰਟਰਵਿਊ ਬੇਲੇ ਆ ਯਾਰ 27 ਲੱਖ ਐਪਲੀਕੇਸ਼ਨ ਆ ਉਹਨਾਂ ਕੋਲ ਕਮਲਿਆਂ ਤੁਸੀਂ ਰੋਜ਼ ਦੀ 2-2 ਲੱਖ ਫਾਈਲ ਲੱਗਦੀ ਪਈ ਆ ਇੰਨਾ ਉਹਨਾਂ ਕੋਲ ਸਮਾਂ ਹੈਗਾ ਕਿ ਲਾਂਟੇ 'ਚ ਬਲਾ ਬਲਾ ਕੇ ਤੁਹਾਨੂੰ ਇੰਟਰਵਿਊ ਲੈ ਲੂਗੇ ਉਹ ਰੈਂਡਮ ਇੰਟਰਵਿਊ ਕਰਨਾ ਚਾਹੁੰਦੇ ਨੇ ਅੱਜ ਬਿਨਾ ਆਈਲਟ ਦੇ ਨ ਲੋਕਾਂ ਨੇ 2 ਨੰਬਰ ਚ ਆਇਲਟ ਕਰਾ ਕਰਾ ਕੇ ਵਿਜੀਲ ਲੈ ਲੇ ਪੀਟੀ ਦਾ ਨਕਲੀ ਸਰਟੀਫਿਕੇਟ ਮਿਲਦਾ ਪਿਆ ਕੋ 50000 ਦਾ ਵੇਚਦਾ ਪਿਆ ਕੋ 5 ਲੱਖ ਦਾ ਵੇਚਦਾ ਪਿਆ ਲੋਕਾਂ ਨੇ ਵਿਜੀਵਿ ਲੈ ਵਾਲੇ ਦੁਨੀਆ ਚੜਾਣੀ ਵੀ ਸ਼ੁਰੂ ਕਰਤੀ ਹੁਣ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਅੱਜ ਉਹ ਛੱਦਦੇ ਪਏ ਤੁਹਾਨੂੰ ਇਜਤਨਾ ਕਿ ਭਾਈ ਆ ਜਾ ਆ ਜਾ ਤੈਨੂੰ ਪਿਆਰ ਨਾਲ ਛੱਦਿਆ ਇੰਟਰਵਿਊ ਦੇ ਜਾ ਕੇ ਜੇ ਤੁਹਾਡੂ ਇੰਟਰਵਿਊ ਚ ਪ੍ਰੂਵ ਨਾ ਨਾ ਕਰ ਹੋਇਆ ਜਿਹੜੇ ਕਾਗਜ਼ ਤੁਸੀਂ ਫਾਈਲ ਚ ਲਾਏ ਆ ਜੇ ਇੱਕ ਵੀ ਕਾਗਜ਼ ਨਕਲੀ ਲੱਗਿਆ ਅਗਲੇ ਨੇ ਉੱਥੇ ਬਿਠਾ ਲੈਣਾ ਤੁਹਾਨੂੰ ਬਿਲਕੁਲ ਇਸ ਕਰਕੇ ਇਮਾਨਦਾਰੀ ਨਾਲ ਅਪਲਾਈ ਕਰੋ ਜੈਨੂਨ ਕਾਗਜ਼ ਲਾਓ ਅੰਬੈਸੀ ਵੀਜ਼ਾ ਦੇਣ ਲਈ ਖੁੱਲੀ ਐ ਉਹਨਾਂ ਨੂੰ ਤਾਂ ਬੰਦਿਆਂ ਦੀ ਲੋੜ ਐ ਉਹ ਤੇ ਹੱਕਾ ਮਾਰਦੇ ਪੇ ਵੀ 15 ਲੱਖ ਬੰਦਾ ਪੱਕਾ ਕਰਨ ਉਹ ਕਿਉਂ ਵੀ ਜਾ ਰਿਫਿਊਜ਼ ਕਰਨਗੇ ਇਹ ਇਹਨਾਂ 15 ਲੱਖ ਜਿਹੜੇ ਕੈਨੇਡਾ ਨੇ ਮੰਗੇ ਨੇ ਲੋਕ ਉਹਦੇ ਲਈ ਕੀ ਲੱਗਦਾ ਹੈ ਕਿ ਪੰਜਾਬ ਦੇ ਅੰਦਰੋਂ ਕਿੰਨੇ ਆ ਕੇ ਜਿਹੜੀਆਂ ਐਪਲੀਕੇਸ਼ਨ ਨੇ ਜਾਂ ਕਿੰਨੇ ਕ ਲੋਕ ਅਪਲਾਈ ਕਰਦਣਗੇ ਕੀ ਐਸਟੀਮੇਟ ਆ ਤੁਹਾਡਾ ਨਹੀਂ ਠੀਕ ਹੈ ਜੀ ਮੋਰ ਥੈਨ 50% ਤਾਂ ਸਾਡੀ ਪੋਪੂਲੇਸ਼ਨ ਬਣਦੀ ਹੈ ਜੀ ਇਹਨਾਂ ਦਾ ਤਾਂ ਹੱਕ ਹੈਗਾ ਜੀ ਸਾਡੇ ਲੋਕਾਂ ਦਾ ਨਹੀਂ ਸਾਡੇ ਲੋਕ ਕਿੰਨੇ ਆ ਜਿਹੜੇ ਪੰਜਾਬੀ ਚਾਹਵਨ ਉਹ ਕਿੰਨੇ ਕੁ ਤੁਹਾਡੇ ਕੋਲ ਐਪਲੀਕੇਸ਼ਨਸ ਆ ਜਾਣਗੀਆਂ ਕਿੰਨੇ ਕੁ ਦੇਖੋ ਅੱਜ ਮੁੱਦਾ ਹੈਗਾ ਇਹ 15 ਲੱਖ ਲੋਕ ਉਹ ਪੱਕੇ ਹੋਣੇ ਆ ਜਿਹੜੇ ਉੱਥੇ ਜਾ ਕੇ ਕੰਮ ਕਰਨਗੇ ਜਿਹੜੇ ਉੱਥੇ ਪੜਨਗੇ ਇਹ ਹਰ ਤਰੀਕੇ ਦੇ ਕੈਟਾ ਜਿਹੜਾ ਵੀ ਬੰਦਾ ਵੀਰ ਭੈਣ ਭਰਾ ਪੰਜਾਬ 'ਚ ਰਹਿੰਦਾ ਜਿਹੜਾ ਮੇਰਾ ਵੀਡੀਓ ਸੁਣਦਾ ਪਿਆ ਜੇ ਤੁਹਾਡਾ ਦੋ ਚਾਰ ਵਾਰੀ ਰਿਫਿਊਜ਼ ਹੋ ਗਿਆ ਨਾ ਇਹਨੂੰ ਇੱਕ ਵਾਰੀ ਫੇਰ ਅਪਲਾਈ ਕਰਦੇ ਹੋ ਤੇ ਕੈਨੇਡਾ ਦੀ ਲਾਟਰੀ ਆ ਇਹਦਾ 15-20000 ਰੁਪਏ ਨਾ ਪੈਣੀ ਹੈ ਇਹ ਪਾ ਲੋਗੇ ਤੁਹਾਡਾ ਪਰਿਵਾਰ ਸੋਖਾ ਹੋ ਜਾਏਗਾ ਅੱਜ ਪਿੰਡਾਂ 'ਚੋਂ ਪਿੰਡ ਖਾਲੀ ਹੋਏ ਨੇ ਉਹ ਪਿੰਡਾਂ ਦੇ ਪਿੰਡਾਂ ਨੇ ਜਾ ਕੇ ਸ਼ਹਿਰਾਂ ਦੇ ਸ਼ਹਿਰ ਵਸਾਤੇ ਨੇ ਮਾੜੀਆਂ ਚੀਜ਼ਾਂ ਵੀ ਨੇ ਚੰਗੀਆਂ ਵੀ ਨੇ ਮਾੜੀਆਂ ਇਹ ਵੀ ਜਿਹੜੇ ਇੱਥੋਂ ਨਿਕਲ ਗਏ ਉਹ ਆਪਣੀ ਜ਼ਿੰਦਗੀ ਤਾਂ ਜੀ ਲੂਗੇ ਉਹ ਆਪਣੇ ਸੁਪਨੇ ਤਾਂ ਪੂਰੇ ਕਰ ਲੂਗੇ ਇੱਥੇ ਰਹਿ ਕੇ ਕੀ ਪੱਟ ਕੀ ਲੈਣਾ ਤੁਸੀਂ ਦੱਸੋ ਕੀ ਉਗਦਾ ਪਿਆ ਅਜ ਖੇਤਾਂ ਦੇ ਵਿੱਚ ਕੀ ਬਣਦਾ ਪਿਆ ਖੇਤੀ ਦੇ ਵਿੱਚ ਕਿਹੜੀ ਇੰਡਸਟਰੀ ਲੱਗੀ ਇੰਡਸਟਰੀਆਂ ਤਾਂ ਬੰਦ ਹੁੰਦੀਆਂ ਪਈਆਂ ਹਰ ਰੋਜ਼ ਕਾਰੋਬਾਰ ਚੱਲਦਾ ਕਿਹੜਾ ਪਿਆ ਇਹ ਤਾਂ ਸਰਕਾਰ ਨੇ ਲਾਇਸੈਂਸ ਵਾਲਾ ਸਿਸਟਮ ਸ਼ੁਰੂ ਕਰਤਾ ਤੇ ਰੈਗੂਲੇਟ ਹੋ ਗਈਆਂ ਚੀਜ਼ਾਂ ਕਿ ਅੱਜ ਲੋਕ ਸਿੱਧੇ ਤਰੀਕੇ ਨਾਲ ਬਾਹਰ ਜਾ ਰਹੇ ਆ ਅੱਜ ਤੱਕ ਤੇ ਪੰਜਾਬ ਦੋ ਨੰਬਰ ਦੇ ਤਰੀਕੇ ਨਾਲ ਹੀ ਬਾਹਰ ਜਾਈ ਜਾਂਦਾ ਸੀ ਫੰਡਕਰਾਣਾ ਕੰਮ ਖਤਮ ਹੋ ਗਿਆ ਨਾ ਪੰਜਾਬ ਚੋ ਜਿਹੜੇ ਲੋਕ 2 ਨੰਬਰ ਚ ਬਾਹਰ ਜਾਂਦੇ ਸੀ ਉਹ ਤਦਾਦ ਘਟ ਗਈ ਲੋਕਾਂ ਨੂੰ ਸਮਝ ਲੱਗ ਗਿਆ ਆਪਦੇ ਧੀ ਪੁੱਤ ਨੂੰ ਚੰਗੇ ਅੰਗਰੇਜ਼ੀ ਵਾਲੇ ਸਕੂਲ ਚ ਪਾਓ ਚੰਗੀ ਆਇਲਟ ਦੇ ਵਿੱਚ ਬੈਂਡ ਲਓ ਪਰ ਚੱਕ ਨਹੀਂਦਾ ਵੀ ਅੱਛਾ ਇਸ ਤੋਂ ਇਲਾਵਾ ਇਹ ਵੀ ਦੱਸੋ ਕਿ ਮਾਪੇ ਬੜਾ ਪੈਸਾ ਲਾ ਕੇ ਬੜੇ ਆਪਣੇ ਪੁੱਤਾਂ ਨੂੰ ਜਿਗਰ ਦੇ ਟੋਟਿਆਂ ਨੂੰ ਬਾਹਰ ਤਾਂ ਭੇਜ ਦਿੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਹੁੰਦਾ ਕਿ ਚਲੋ ਸਾਡਾ ਬੱਚਾ ਸੈੱਟ ਹੋ ਜਾਊਗਾ ਪਰ ਇਹ ਵੀ ਅਸੀਂ ਖਬਰਾਂ ਸੁਣੀਆਂ ਨੇ ਕਿ ਸਟ੍ਰੈਸ ਲੈਵਲ ਵੱਧ ਰਿਹਾ ਹੈ ਨਿੱਕੇ ਨਿੱਕੇ ਉਮਰ ਦੇ ਨੌਜਵਾਨਾਂ ਨੂੰ ਹਾਰਟ ਅਟੈਕ ਕਰ ਰਹੀ ਨੇ ਉੱਥੇ ਕੰਮ ਨਹੀਂ ਮਿਲਦਾ ਇਸ ਨੂੰ ਲੈ ਕੇ ਕੀ ਹੈ ਕਿ ਉੱਥੇ ਜਿਹੜੇ ਇਹ 15 ਲੱਖ ਲੋਕ ਜਾਣਗੇ ਕਿ ਉਹਨਾਂ ਲਈ ਕੰਮ ਉੱਥੇ ਹੈਗਾ ਉੱਥੇ ਸਟ੍ਰੈਸ ਕਿਉਂ ਵੱਧ ਰਿਹਾ ਇਹ ਵੀ ਤੁਸੀਂ ਤਾਂ نزدیکی ਤੋਂ ਜਾਣਦੇ ਨਾ ਕੋਈ ਕਈ ਤਰ੍ਹਾਂ ਦੇ ਲੋਕ ਜਾ ਰਹੇ ਨੇ ਜਿਹੜਾ ਤੇ ਅਮੀਰ ਘਰ ਦਾ ਬੱਚਾ ਜਿਨੇ ਇੱਥੇ ਕਦੀ ਕੰਮ ਨਹੀਂ ਕੀਤਾ ਉਹਦੇ ਲਈ ਅੱਜ ਕੈਨੇਡਾ ਜਾ ਕੇ ਪ੍ਰੋਬਲਮ ਹੈ ਜਿਹੜਾ ਇੱਥੇ ਪਿੰਡ 'ਚ ਰਹਿੰਦਾ ਜਿਹੜਾ ਖੇਤਾਂ 'ਚ ਰਹਿੰਦਾ ਜਿਹੜਾ ਦਿਹਾੜੀ ਲਾਣ ਤੋਂ ਪਿੱਛੇ ਨਹੀਂ ਹਟਦਾ ਉਹਦੇ ਲਈ ਕੈਨੇਡਾ ਸਵਰਗ ਹੈ ਹੁਣ ਬਿਮਾਰੀਆਂ ਵੀ ਲੱਗਦੀਆਂ ਪਈਆਂ ਲੋਕੀ ਨਸ਼ੇ ਵੀ ਲੈ ਰਹੇ ਆ ਲੜਾਈ ਝਗੜਾ ਵੀ ਹੋ ਰਿਹਾ ਗੈਂਗਸਟਰ ਵੀ ਵਧਦੇ ਪਏ ਨੇ ਇਹ ਕੌਣ ਲੋਕ ਨੇ ਜਿਨ੍ਹਾਂ ਦਾ ਕੋਈ ਬਾਲੀਵਾਰਚ ਨਹੀਂ ਹੈਗਾ ਜਿਨ੍ਹਾਂ ਨੂੰ ਪਿੱਛੋਂ ਪੈਸੇ ਭੇਜਣ ਵਾਲੇ ਲੋਕ ਨੇ ਜਿਹੜਾ ਗਰੀਬ ਘਰ ਦਾ ਬੱਚਾ ਗਿਆ ਜਿਹੜਾ ਗਰੀਬੀ ਚ ਹੋ ਗਿਆ ਜਿਹਨੂੰ ਪਤਾ ਹੈ ਚੰਗੇ ਸੰਸਕਾਰ ਨੇ ਸੰਸਕਾਰ ਵੀ ਡਿਪੈਂਡ ਕਰਦਾ ਜਿਹਦੇ ਮਾਪੇ ਬਾਬ ਦੇ ਚੰਗੇ ਸੰਸਕਾਰ ਨੇ ਜਿਨੇ ਮਾਪੇ ਬਾਬ ਨੇ ساری ਜ਼ਿੰਦਗੀ ਮਿਹਨਤ ਕਰਕੇ ਪੈਸੇ ਜੋੜੇ ਆ ਉਹਦਾ ਦੇ ਬੱਚੇ ਨੂੰ ਪਤਾ ਹੁੰਦਾ ਵੀ ਮੇਰੇ ਬਾਪ ਦੀ ਖੂਨ ਪਸੀਨੇ ਦੀ ਕਮਾਈ ਹੈ ਉਹ ਲੋਕ ਨਹੀਂ ਵਿਗੜਦੇ ਬਾਕੀ ਦੇਖੋ ਪੰਜੇ ਉਂਗਲਾਂ ਕੋਈ ਜੇ ਨਹੀਂ ਹੁੰਦੀਆਂ ਜੇ ਸਵਾ ਬੱਚਾ ਜਾ ਰਿਹਾ ਪੰਜ ਬੱਚੇ ਗਲਤ ਵੀ ਜਾ ਰਹੇ ਨੇ ਲੋਕ ਮौज ਕਰਨ ਵੀ ਜਾ ਰਹੇ ਨੇ ਲੋਕ ਘੁੰਮਣ ਵੀ ਜਾ ਰਹੇ ਨੇ ਲੋਕ ਸ਼ਹਿਰ ਕਰਨ ਵੀ ਜਾ ਰਹੇ ਨੇ ਇਦਾਂ ਦੇ ਲੋਕ ਫੇਰ ਮੁੜ ਜਾਂਦੇ ਨੇ ਚਲੋ ਇਸ ਤੋਂ ਇਲਾਵਾ ਹੋਰ ਕੋਈ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਹੋਰ ਤੁਹਾਡੀ ਕੋਈ ਜਿਹੜਾ ਸੁਝਾਅ ਹੋਵੇ ਜਿਹੜੇ ਸਾਡੇ ਦਰਸ਼ਕ ਅਸੀਂ ਪੂਰੇ ਪਰਿਵਾਰ ਨੂੰ ਭੇਜਣ ਦੀ ਜ਼ਿੰਮੇਵਾਰੀ ਲਵਾਂਗੇ ਜਿਹੜੇ ਲੋਕ ਕੰਮ ਕਰਦੇ ਨੇ ਜਿਹੜੇ ਸਪਾਊਸ ਵੀਜ਼ਾ ਲੈਣਾ ਚਾਹੁੰਦੇ ਨੇ ਆਪ ਦੀ ਪਤੀ ਪਤਨੀ ਬੱਚੇ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ 3 ਮਹੀਨੇ ਦਾ ਸਮਾਂ ਲੱਗੂਗਾ 3 ਮਹੀਨਿਆਂ ਦੇ ਵਿੱਚ ਪਰਿਵਾਰ ਸਮੇਤ ਭੇਜ ਕੇ ਦਿਖਾਵਾਂਗੇ ਗਰੀਬ ਤੋਂ ਗਵੀਰ ਨੂੰ ਗਰੀਬ ਨੂੰ ਭੇਜ ਦਿਆਂਗੇ ਇੱਕ ਵਾਰੀ ਸਾਨੂੰ ਆ ਕੇ ਮਿਲੋ ਸਾਨੂੰ ਦੱਸੋ ਤੁਸੀਂ ਕੀ ਕੀਤਾ ਅਸੀਂ ਤੁਹਾਡਾ ਕੇਸ ਤੁਹਾਨੂੰ ਫੜਦੇ ਹੀ ਦੱਸ ਦਾਂਗੇ ਵੀ ਇਹਦੇ ਕਿੰਨੇ ਪਰਸੈਂਟ ਚਾਂਸ ਨੇ ਬਾਕੀ ਲਾਟਰੀ ਪੈਣੀ ਹੈ ਸਾਰਿਆਂ ਦੇ ਵੀ ਇਹ ਲੱਗਦੇ ਨਹੀਂ ਜਿਹਦੇ ਲੱਗ ਜਾਂਦਾ ਉਹਦੇ ਲਈ ਅਸੀਂ ਬਹੁਤ ਵਧੀਆ ਬਣ ਜਾਂਦੇ ਆ ਜਿਹਦੇ ਨਹੀਂ ਲੱਗਦਾ ਉਹ ਕਹਿੰਦੇ ਜੀ ਠੱਗ ਨੇ ਹੁਣ ਠੱਗ ਤਾਂ ਸਾਡੇ ਟਰੇਡ ਦੇ ਵਿੱਚ ਇੱਕ ਟਰੇਡਮਾਰਕ ਹੈ ਹੁਣ ਜਿਹਨੂੰ ਤੁਸੀਂ ਠੱਗ ਨਹੀਂ ਕਹਿੰਦੇ ਇਹਦਾ ਮਤਲਬ ਉਹ ਕੰਮ ਹੀ ਨਹੀਂ ਕਰਦਾ ਜਿਹੜਾ ਕੰਮ ਕਰੂਗਾ ਉਹਦੀ ਹੀ ਨਿੰਦਿਆ ਕਰੋਗੇ ਨਾ ਤੇ ਜਿਹੜਾ ਘਰ ਬੈਠਾ ਟਿੱਕੇ ਜਿਹਨੂੰ ਕੋਈ ਕੁਝ ਕਹਿੰਦਾ ਹੀ ਨਹੀਂ ਉਹਦੀ ਕੀ ਨਿੰਦਿਆ ਕਰੋਗੇ ਇੱਕ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਸਾਡੇ ਕੋਲ ਅਜਿਹੇ ਵੀ ਲੋਕ ਆਂਦੇ ਨੇ ਜਿਹੜੇ ਘੋੜੇ ਤੇ ਸਵਾਰ ਹੋ ਕੇ ਆਂਦੇ ਨੇ ਕਿ ਕਹਿੰਦੇ ਨੇ ਸਾਨੂੰ ਜਲਦੀ ਜਲਦੀ ਭੇਜ ਦਿਓ ਉਹਨਾਂ ਲੋਕਾਂ ਦੇ ਲਈ ਵੀ ਕੋਈ ਹੈਗੀ ਹੈ ਹਾਂਜੀ ਹਰ ਰੋਜ਼ ਕੈਨੇਡਾ ਵੱਲੋਂ ਨਵੀਆਂ-ਨਵੀਆਂ ਪਾਲਿਸੀਆਂ ਬਣਾਈਆਂ ਜਾਂਦੀਆਂ ਇੱਕ ਨਵੀਂ ਪਾਲਿਸੀ ਬਣ ਗਈ ਗਲੋਬਲ ਟੈਲੈਂਟ ਸਟ੍ਰੀਮ ਜੇ ਤੁਸੀਂ ਕਿਸੇ ਕੰਪਨੀ ਦੇ ਵਿੱਚ ਟਾਪ ਮੈਨੇਜਮੈਂਟ ਚ ਕੰਮ ਕਰਦੇ ਹੋ ਜਾਂ ਤੁਹਾਨੂੰ ਕੈਨੇਡਾ ਦੀ ਕਿਸੇ ਕੰਪਨੀ ਦੇ ਵਿੱਚ ਸੀਨੀਅਰ ਮੈਨੇਜਮੈਂਟ ਲਈ ਬੁਲਾਇਆ ਜਾ ਰਿਹਾ ਤਾਂ ਸਰਕਾਰ ਵੱਲੋਂ ਇੱਕ ਵਰਕ ਪਰਮਿਟ ਸ਼ੁਰੂ ਕੀਤਾ ਗਿਆ ਜੋ 2 ਹਫਤਿਆਂ ਦੇ ਵਿੱਚ ਹੋ ਜਾਂਦਾ 15 ਦਿਨਾਂ ਦੇ ਵਿੱਚ ਤੁਸੀਂ ਵਰਕ ਪਰਮਿਟ ਲੈ ਕੇ ਕੈਨੇਡਾ ਜਾ ਸਕਦੇ ਹੋ ਜੇ ਤੁਸੀਂ ਕਾਬਿਲ ਹੋ ਜੇ ਤੁਹਾਡੇ ਕੋਲ ਕੋਈ ਮਾਸਟਰ ਡਿਗਰੀ ਹੈ 5-10 ਸਾਲ ਦਾ ਤਜਰਬਾ ਹੈ ਜੇ ਬਹਿਲੇ ਹੋ ਤਾਂ ਫਿਰ ਇੱਥੇ ਹੀ ਹੋ ਫਿਰ ਕੁਝ ਨਹੀਂ ਬਣਨਾ ਤੁਹਾਡਾ ਆਪਦੇ ਕਾਗਜ਼ ਪ੍ਰੀਪੇਅਰ ਕਰੋ ਬਾਕੀ ਜਿੱਥੇ ਤਾਂ ਗੱਲ ਰਹੀ ਵੀਜ਼ਿਆਂ ਦੀ ਜੇਦਾ ਨਹੀਂ ਲੱਗਦਾ ਮੈਂ ਉਹਦਾ ਵੀ ਲਵਾ ਕੇ ਦਊਂਗਾ ਸਾਨੂੰ ਆ ਕੇ ਸਮਝਾਓ ਤੁਸੀਂ ਕੀਤਾ ਕੀ ਹੈ ਮੈਂ ਸ਼ਰਤ ਲਾ ਕੇ ਵੀਜ਼ਾ ਲੈ ਕੇ ਦਊਂਗਾ ਤੁਹਾਨੂੰ ਅੱਛਾ ਇੱਕ ਸਵਾਲ ਹੋ ਰਿਹਾ ਹੈ ਜਾਂਦੇ ਜਾਂਦੇ ਕੈਨੇਡਾ ਦੇ ਨਾਲ ਨਾਲ ਮੈਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵੀ ਸੋਹਣਾ ਮੁਲਕ ਹੈ ਨਿਊਜ਼ੀਲੈਂਡ ਸੋਹਣਾ ਮੁਲਕ ਹੈ ਲੋਕ ਕੈਨੇਡਾ ਵੱਲ ਨੂੰ ਕਿਉਂ ਜ਼ਿਆਦਾ ਜਾ ਰਹੇ ਨੇ ਇਹ ਵੀ ਤੁਹਾਡੇ ਤੋਂ ਮੈਂ ਜ਼ਰੂਰ ਪੁੱਛਣਾ ਚਾਹੂੰ ਦੋ ਚਾਰ ਏਜੰਟਾਂ ਦੀਆਂ ਮੈਂ ਵੀਡੀਓ ਜਿਹਾ ਦੇਖਦਾ ਸੀ ਚੀਕਾਂ ਨਿਕਲੀਆਂ ਪਈਆਂ ਇਸ ਟਾਈਮ ਤਰਾਹੀ ਮਾਨ ਤਰਾਹੀ ਮਾਨ ਹੋਈਦੀ ਹੈ ਐਨੀ ਕੁ ਜ਼ਿਆਦਾ ਵੱਡੇ ਲੈਵਲ ਤੇ ਆਸਟ੍ਰੇਲੀਆ ਵੱਲੋਂ ਰਿਫਿਊਜ਼ਲ ਦਿੱਤੀ ਜਾ ਰਹੀ ਹੈ ਕਿਉਂ ਰਿਫਿਊਜ਼ ਕੀਤਾ ਜਾ ਰਿਹਾ ਸਟੂਡੈਂਟ ਦਾ ਵੀਜ਼ਾ ਕਿਉਂਕਿ ਪੜਨ ਨਹੀਂ ਜਾ ਰਹੇ ਅਸੀਂ ਸਾਡਾ ਬੱਚਾ ਇੱਥੋਂ ਲਿਖ ਕੇ ਦਿੰਦਾ ਕਿ ਹਾਂ ਜੀ ਹਮ ਇਹ ਪੜਾਂਗੇ ਹਮ ਉਹ ਪੜਾਂਗੇ ਉੱਥੇ ਜਾਂਦੇ ਕਾਲਜ ਚੇਂਜ ਕਰ ਲੈਂਦਾ ਅੱਜ ਉਹਨਾਂ ਨੂੰ ਆਸਟ੍ਰੇਲੀਆ ਨੂੰ ਉਹ ਲੋਕ ਚਾਹੀਦੇ ਨੇ ਜਿਹੜੇ ਅਫੋਰਡ ਕਰ ਸਕਦੇ ਨੇ ਤੁਹਾਡੇ ਕੋਲ ਵੀ 25 ਲੱਖ ਰੁਪਈਆ ਹੈਗਾ ਬੱਚੇ ਦੀ ਫੀਸ ਦਾ ਤੁਸੀਂ ਬੱਚਾ ਚੰਗੀ ਯੂਨੀਵਰਸਿਟੀ ਭੇਜਣਾ ਚਾਹੁੰਦੇ ਜੇ ਆਸਟ੍ਰੇਲੀਆ ਵੀਜ਼ਾ ਦੇਣ ਲਈ ਤਿਆਰ ਹੈ ਤੁਹਾਨੂੰ ਤੂੰ ਸੋਚਦੇ ਉੱਥੇ ਜਾ ਕੇ ਫੀਸਾਂ ਕੱਢ ਲੋਗੇ ਅਗਲੀਆਂ ਫੀਸਾਂ ਬਚਾ ਆਪ ਕੱਢ ਲੂਗਾ ਡਿਪਲੋਮੇ 'ਚ ਦਾਖਲਾ ਲੈ ਲੂਗਾ ਐਦਾਂ ਦੇ ਨਿਆਣੇ ਨੂੰ ਇੱਥੋਂ ਨਹੀਂ ਵੀਜ਼ਾ ਮਿਲਦਾ ਇਹ ਕੇ ਵੀ ਮੇਥਾ ਕਿ ਆਸਟ੍ਰੇਲੀਆ ਦੇ ਅੰਦਰ ਪੀਆਰ ਨਹੀਂ ਮਿਲਦੀ ਤੇ ਕੈਨੇਡਾ ਦੇ ਵਿੱਚ ਪੀਆਰ ਜਿਹੜੀ ਸੌਖੀ ਮਿਲ ਜਾਂਦੀ ਆ ਤਾਂ ਵੀ ਲੋਕ ਕੈਨੇਡਾ ਨੂੰ ਪਰਹੇ ਹਾਂਜੀ ਕਿਸੇ ਨਾ ਕਿਤੇ ਰੇਸਿਸਟ ਤਾਂ ਹੈਗਾ ਹੀ ਨਾ ਜੀ ਆਸਟ੍ਰੇਲੀਅਨ ਲੋਕ ਨਹੀਂ ਚਾਹਦੇ ਕਿ ਤੁਸੀਂ ਉਹਨਾਂ ਦੇ ਮੁਲਕ 'ਚ ਜਾ ਕੇ ਪ੍ਰਧਾਨ ਮੰਤਰੀ ਬਣ ਜਾਓ ਬਿਲਕੁਲ ਤੇ ਕੈਨੇਡਾ ਦੇ ਲੋਕ ਵੈਲਕਮ ਕਰਦੇ ਨੇ ਬਾਕੀ ਡਿਸੀਜਨ ਸਟੂਡੈਂਟ ਨੇ ਲੈਣਾ ਕਿਸੇ ਨੂੰ ਮਾਹਵਾਦੀ ਹੈ ਕਿਸੇ ਨੂੰ ਸੁਵਾਦੀ ਇਹ ਰਾਸਟਰੀਆ ਪਹੁੰਚ ਜਾਂਦਾ ਉਹ 5-10 ਲੱਖ ਰੁਪਏ ਮਹੀਨਾ ਕਮਾ ਲੈਂਦਾ ਕੈਨੇਡਾ ਵਾਲਾ ਵਿਚਾਲਾ ਥੱਕ ਜਾਂਦਾ ਮਿਹਨਤ ਕਰਦਾ ਕਰਦਾ ਚਲੋ ਸੋ ਦਰਸ਼ਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਜੇ ਤੁਸੀਂ ਬਾਹਰ ਜਾਣ ਦੇ ਚਾਹਵਾਂ ਨੂੰ ਤਾਂ ਦੇਖ ਪਰਖ ਕੇ ਆਪਣੇ ਕਿਸੇ ਵੀ ਏਜੰਟ ਕੋਲੇ ਜਾਓ ਜੇ ਤੁਹਾਨੂੰ ਵਿਨੇ ਹੈਰੀ ਜੀ ਚੰਗੇ ਲੱਗਦੇ ਨੇ ਤਾਂ ਜ਼ਰੂਰ ਉੱਥੇ ਜਾਓ ਜੇ ਕੋਈ ਹੋਰ ਚੰਗਾ ਲੱਗਦਾ ਪਰ ਦੇਖ ਪਰ ਕਿ ਇਤਨਾ ਆਲਦੀ ਨਾਲ ਅਸੀਂ ਇਹ ਵੀ ਕਵਾਂਗੇ ਕਿ ਨੀਚੇ ਦਿੱਤੇ ਜਿਹੜੇ ਨੰਬਰ ਨੇ ਉਹਨਾਂ ਤੇ ਫੋਨ ਕਰਕੇ ਤੁਸੀਂ ਆਪਣੀਆਂ ਇਨਕੁਆਰੀਜ਼ ਇਹਨਾਂ ਤੋਂ ਪੁੱਛ ਸਕਦੇ ਹੋ ਤੇ ਸਾਡੇ ਦੇ ਚੇਤੇ ਜਿਹੜਾ ਕਮੈਂਟ ਬਾਕਸ ਹੈ ਉਹਦੇ ਵਿੱਚ ਵੀ ਆਪਣੇ ਸਵਾਲ ਸਾਨੂੰ ਦੱਸ ਸਕਦੇ ਹੋ ਤਾਂ ਜੋ ਅਸੀਂ ਅਗਲੀ ਵਾਰ ਜਦੋਂ ਸਾਡੇ ਰੂਬਰੂ ਕਰੇ ਹੋਣਗੇ ਤਾਂ ਤੁਹਾਡੇ ਸਵਾਲ ਪੁੱਛ ਸਕੀਏ ਧੰਨਵਾਦ